ਦਾ ਸਵਾਗਤ। ਮੈਂ ਕਮਲਦੀਪ ਕੌਰ ਤੇ ਹਾਜ਼ਰ ਹਾਂ ਜੀ ਸਾਡਾ ਲਾਈਵ ਪ੍ਰੋਗਰਾਮ ਹੈਲੋ ਪੰਜਾਬ ਲੈ ਕੇ। ਸੋ ਭਾਰਤੀ ਸਮੇਂ ਅਨੁਸਾਰ ਅੱਜ ਸ਼ੁੱਕਰਵਾਰ ਹੈ ਤੇ ਜੀ ਸ਼ਾਮ ਦੇ 6:30 ਵੱਜ ਚੁੱਕੇ ਨੇ ਤੇ ਟੋਰਾਂਟੋ ਸਮੇਂ ਅਨੁਸਾਰ ਸਵੇਰ ਦੇ 9 ਵੱਜ ਚੁੱਕੇ ਨੇ ਤੇ ਸ਼ੁੱਕਰਵਾਰ ਦਿਨ ਸਾਡੇ ਨਾਲ ਕਾਨੂੰਨੀ ਮਾਹਰ ਜੋ ਪੰਜਾਬ ਹੈ ਨਾ ਹਾਈ ਕੋਰਟ ਦੇ ਸੀਨੀਅਰ ਵਕੀਲ ਵੀ ਨੇ ਸੁਨੀਲ ਮੱਲਣ ਜੀ ਸਾਡੇ ਨਾਲ ਮੌਜੂਦ ਹੁੰਦੇ ਨੇ ਤੇ ਅੱਜ ਵੀ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਜੀ ਸੀਨੀਅਰ ਵਕੀਲ ਸੁਨੀਲ ਮੱਲਣ ਜੀ। ਸੁਨੀਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਾਨੂੰ ਵੀ ਤਾਂਘ ਰਹਿੰਦੀ ਹੈ ਕਿ ਆਪਣੇ ਭੈਣ ਭਰਾਵਾਂ ਨਾਲ ਜਾ ਕੇ ਗੱਲਾਂ ਕਰੀਏ, ਕੁਛ ਕਦੋਂ ਸ਼ੁੱਕਰਵਾਰ ਆਵੇ, ਸ਼ੁੱਕਰਵਾਰ ਆਵੇ ਤੇ ਉਹਨਾਂ ਨਾਲ ਗੱਲਾਂ ਕਰੀਏ ਜੀ। ਹਾਂ ਸੋ ਬਿਲਕੁਲ ਜੀ ਦੋਸਤੋ, ਇਹ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਨੇ ਜਿੰਨੇ ਵੀ ਐਨਰਾਈਜ਼ ਵੀਰ ਭਰਾ ਹੈਗੇ ਨੇ ਜੋ ਵਿਦੇਸ਼ਾਂ 'ਚ ਬੈਠੇ ਨੇ, ਕਿਸੇ ਨਾ ਕਿਸੇ ਕੇਸਾਂ ਦੇ ਵਿੱਚ ਉਲਝੇ ਹੋਏ ਨੇ, ਤਾਂ ਤੁਸੀਂ ਕੋਈ ਵੀ ਜੋ ਕਾਨੂੰਨੀ ਰਾਏ ਜਿਹੜੀ ਹੈਗੀ ਆ ਤੁਸੀਂ ਉਹ ਲੈ ਸਕਦੇ ਹੋ, ਸਵਾਲ ਰੱਖ ਸਕਦੇ ਹੋ। ਸਕਰੀਨ ਦੇ ਹੇਠਾਂ ਜੋ ਨੰਬਰ ਸਕਰੋਲ ਹੋ ਰਹੇ ਨੇ ਉਸ 'ਤੇ ਕਾਲ ਕਰਕੇ ਜਿਹੜੀ ਆਪਣਾ ਸਵਾਲ ਰੱਖ ਸਕਦੇ ਹੋ। ਸੁਨੀਲ ਜੀ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦੇਣਗੇ। ਕੋਈ ਵੀ ਤੁਹਾਡੀਆਂ ਜੋ ਐਨਰਾਈਜ਼ ਭਰਾਵਾਂ ਦੀਆਂ ਦੱਬੀਆਂ ਜ਼ਮੀਨਾਂ ਨੇ, ਜ਼ਮੀਨ ਤੁਸੀਂ ਕਿਸ ਤਰ੍ਹਾਂ ਛਡਵਾਉਣੀ ਹੈ, ਜਾਂ ਅਗਰ ਤੁਸੀਂ ਵਿਦੇਸ਼ਾਂ 'ਚ ਰਹਿ ਰਹੇ ਹੋ ਤਾਂ ਤੁਸੀਂ ਇੰਡੀਆ ਦੇ ਵਿੱਚ ਜ਼ਮੀਨ ਖਰੀਦਣੀ ਹੈ ਤਾਂ ਕਿਸ ਤਰ੍ਹਾਂ ਤੁਸੀਂ ਖਰੀਦ ਸਕਦੇ ਹੋ, ਕੀ ਪ੍ਰਕਿਰਿਆ ਹੁੰਦੀ ਹੈ। ਇਸ ਤੋਂ ਇਲਾਵਾ ਕੋਈ ਤੁਹਾਡਾ ਕੇਸ ਚੱਲ ਰਿਹਾ ਇੰਡੀਆ ਦੇ ਵਿੱਚ, ਉਸ ਸੰਬੰਧੀ ਕੋਈ ਜਾਣਕਾਰੀ ਸਾਂਝੀ ਕਰਨੀ ਹੈ, ਤਾਂ ਇਸ ਦੇ ਨਾਲ ਹੀ ਜੋ ਤੁਹਾਡੇ ਵਿਆਹ ਤੋਂ ਬਾਅਦ ਜਾਂ ਕੋਈ ਝਗੜਾ ਹੋ ਗਿਆ ਜਾਂ ਤਲਾਕ ਤੁਸੀਂ ਲੈਣਾ ਚਾਹੁੰਦੇ ਹੋ, ਤਾਂ ਇਸ ਸੰਬੰਧੀ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਕੇਸ ਅਪਲਾਈ ਕਰਨਾ ਉਸ ਸੰਬੰਧੀ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ। ਸੋ ਸੁਨੀਲ ਜੀ ਸ਼ੁਰੂਆਤ ਕਰਾਂਗੇ ਅਸੀਂ ਐਨਰਾਈਜ਼ ਵੀਰ ਭਰਾਵਾਂ ਦੀ। ਜਿਹੜੀ ਸਮੱਸਿਆ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਰਹੀ ਹੈ, ਸ਼ਿਕਾਇਤਾਂ ਹੁੰਦੀਆਂ ਨੇ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਭਾਰਤ ਵਿੱਚ ਪਈਆਂ ਨੇ, ਅਸੀਂ ਵਿਦੇਸ਼ਾਂ 'ਚ ਬੈਠੇ ਹਾਂ, ਸਾਨੂੰ ਨਹੀਂ ਪਤਾ ਸਾਡੀਆਂ ਜ਼ਮੀਨਾਂ ਨੂੰ ਨਾਲ ਕੀ ਹੋ ਰਿਹਾ, ਦੱਬੀਆਂ ਜਾਂਦੀਆਂ ਨੇ ਸਾਡੀਆਂ ਜ਼ਮੀਨਾਂ, ਬਿਲਕੁਲ ਜੀ ਬਿਲਕੁਲ, ਕਿਸ ਤਰ੍ਹਾਂ ਜਿਹੜੀ ਛੁਡਵਾ ਸਕਦੇ ਨੇ। ਦੇਖੋ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਤੇ ਆਪਾਂ ਕਹਿੰਦੇ ਆ ਕਿ ਆਪਣੀ ਚੀਜ਼ ਦੀ ਰੱਖਿਆ ਆਪ ਕਰੀਏ। ਰੱਖਿਆ ਕਿੱਦਾਂ ਕਰੀਏ ਕਿ ਆਪਣਾ ਕੋਈ ਸਿੰਸੀਅਰ ਬੰਦਾ ਉੱਥੇ ਡਿਪਿਊਟ ਰੱਖੀਏ, ਜਿਹਨੂੰ ਰਿਕੁਐਸਟ ਕਰੀਏ ਕਿ ਬਈ ਫੇਰਾ ਮਾਰਦਾ ਰਹੀ ਮੇਰੀ ਜ਼ਮੀਨ 'ਤੇ ਜਾਂ ਮੇਰੀ ਜਗ੍ਹਾ 'ਤੇ, ਜ਼ਮੀਨ ਦੇ ਬੁਰਜੀਆਂ ਲਾਈਏ ਪ੍ਰੋਪਰਲੀ ਜਾਂ ਕਮਰਾ ਪਾਈਏ ਚਾਰ ਨੁੱਕਰਾਂ 'ਚੋਂ ਕਿਸੇ ਦੋ ਨੁੱਕਰਾਂ 'ਤੇ, ਉਹਦੇ 'ਤੇ ਆਪਣਾ ਬੋਰਡ ਲਾਈਏ, ਨਾਂ ਲਿਖੀਏ, ਪਿੰਡ ਦੇ ਚਾਰ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ, ਕੋਈ ਟੈਕਨੀਕਲ ਟੀਮ ਜਾਂ ਲੀਗਲ ਟੀਮ ਆਪਣੇ ਨਾਲ ਰੱਖੀਏ ਕਿ ਜਿਹੜਾ ਥੋੜ੍ਹੇ ਦਿਨਾਂ ਬਾਅਦ ਕੋਈ ਨਾ ਕੋਈ ਰਜਿਸਟਰੀ ਉੱਥੋਂ ਦੇ ਸਰਪੰਚ ਨੂੰ ਅਤੇ ਉਹਨੂੰ ਕੱਢਦਾ ਰਹੇ ਕਿ ਆਹ ਮੇਰੀ ਜ਼ਮੀਨ ਹੈ ਇਹਦੇ 'ਤੇ ਕੋਈ ਕਬਜ਼ਾ ਨਾ ਕਰੇ। ਸੋ ਸਭ ਤੋਂ ਪਹਿਲਾਂ ਤਾਂ ਆਪਣੀ ਹੋਂਦ ਦੱਸੀਏ ਕਿ ਅਸੀਂ ਅਵੇਲੇਬਲ ਹਾਂ, ਰਾਈਟ। ਔਰ ਉਸ ਤੋਂ ਬਾਅਦ ਜੇ ਬਾਈ ਚਾਂਸ ਕੋਈ ਇਹੋ ਜਿਹਾ ਮੁੱਦਾ ਆ ਹੀ ਜਾਂਦਾ, ਮੰਨ ਲਓ ਵੀ ਜ਼ਮੀਨ ਦੱਬੀ ਜਾਂਦੀ ਹੈ, ਅਤੇ ਉਸ ਤੋਂ ਬਾਅਦ ਫਿਰ ਸਾਡੇ ਕੁਛ ਦੋ ਪ੍ਰੋਸੀਜਰ ਸ਼ੁਰੂ ਹੁੰਦੇ ਨੇ, ਇੱਕ ਹੁੰਦਾ ਕ੍ਰਿਮੀਨਲ ਪ੍ਰੋਸੀਜਰ ਸ਼ੁਰੂ, ਇੱਕ ਹੁੰਦਾ ਸਿਵਲ ਪ੍ਰੋਸੀਜਰ ਸ਼ੁਰੂ। ਜਿਹੜੇ ਬੰਦੇ ਨੇ ਵੀ ਉਹਦੇ 'ਤੇ ਜਿਸ ਤਰ੍ਹਾਂ ਦਾ ਵੀ ਕਬਜ਼ਾ ਕੀਤਾ, ਟ੍ਰੈਸ ਪਾਸਿੰਗ ਹੈ 452 ਹੈ, ਜੇ ਕੋਈ ਬੰਦਾ ਤੁਹਾਡੀ ਜ਼ਮੀਨ 'ਤੇ ਜਾਇਦਾਦ 'ਤੇ ਤੁਹਾਡੀ ਮਰਜ਼ੀ ਤੋਂ ਬਿਨਾਂ ਚੜ੍ਹਦਾ ਹੈ, ਅਤੇ ਉਹਦੇ 'ਤੇ ਇਹ ਮੁਕੱਦਮਾ ਦਾਇਰ ਕੀਤਾ ਜਾ ਸਕਦਾ। ਪੂਰਾ ਮਾਮਲਾ ਦੇਖ ਕੇ ਵੀ, ਮਾਮਲਾ ਦੇਖ ਕੇ, ਕ੍ਰਿਮੀਨਲ ਵੀ ਹੋ ਸਕਦਾ, ਕ੍ਰਿਮੀਨਲ ਵੀ ਹੋ ਸਕਦਾ, ਸਿਵਲ ਵੀ ਹੋ ਸਕਦਾ, ਦੋਨੋਂ ਮੁਕੱਦਮੇ ਹੋ ਸਕਦੇ ਨੇ। ਔਰ ਜੇ ਤੁਹਾਡਾ ਉੱਥੇ ਕੋਈ ਪਿਆ ਸਮਾਨ ਚੋਰੀ ਹੋਇਆ ਜਾਂ ਕੁਛ ਵੀ ਹੋਇਆ, ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਐਂਡ ਦੇਰ ਆਰ ਮੈਨੀ ਅਦਰ ਵੇਜ਼ ਆਲਸੋ ਜਿਹਦੇ ਵਿੱਚ ਕਿ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਰਨਾ ਹੁੰਦਾ। ਸੋ ਬੈਟਰ ਤਾਂ ਇਹੋ ਹੀ ਹੈ ਕਿ ਸਭ ਤੋਂ ਪਹਿਲਾਂ ਪ੍ਰੀਵੈਂਸ਼ਨ 'ਚ ਜੀਓ, ਗਲਤੀ ਨਾ ਹੋਣ ਦਿਓ, ਵਿਜੀਲੈਂਟ ਰਹੋ ਆਪਣੀ ਜ਼ਮੀਨ ਜਾਇਦਾਦ ਦੇ ਪ੍ਰਤੀ, ਉਹਨੂੰ ਵੇਖਦੇ ਰਹੋ। ਜੇ ਤੁਹਾਡੇ ਨਾਂ ਦੀ ਕੋਈ ਬਿਲਡਿੰਗ ਹੈਗੀ ਹੈ ਤਾਂ ਬਿਲਡਿੰਗ ਦੇ ਬਾਹਰ ਬੋਰਡ ਲਾਓ ਪ੍ਰੋਪਰ, ਆਪਣਾ ਨਾਂ ਲਿਖੋ ਕਿ ਇਹ ਮਾਲਕੀ ਇਹਦੀ ਫਲਾਣੇ ਦੀ ਹੈ, ਕਿਉਂਕਿ ਜਿਹੜੇ ਅੱਜ ਕੱਲ੍ਹ ਕੁਛ ਗਲਤ ਬੰਦੇ ਘੁੰਮਦੇ ਨੇ ਉਹ ਆਪਣੇ ਆਪ ਨੂੰ ਪ੍ਰੋਪਰਟੀ ਡੀਲਰ ਵੀ ਦੱਸ ਲੈਂਦੇ ਨੇ, ਮੁੜ ਕੇ ਉਹਦੀ ਹੌਲੀ ਜਿਹੀ ਚਾਬੀ ਬਣਾ ਲੈਂਦੇ ਨੇ, ਫਿਰ ਉਹ ਕੋਠੀ 'ਚ ਪਹਿਲਾਂ ਬਹਿਣਾ ਸ਼ੁਰੂ ਕਰਦੇ ਨੇ, ਫਿਰ ਵਿਖਾਉਣੀ ਸ਼ੁਰੂ ਕਰਦੇ ਨੇ, ਅਤੇ ਫਿਰ ਕਬਜ਼ੇ ਦੇ ਬਦਲੇ ਕਬਜ਼ਾ ਵੇਚ ਦਿੰਦੇ ਨੇ। ਕੁਛ ਅੱਗੋਂ ਇਹੋ ਜਿਹੇ ਵੀ ਸ਼ਰਾਰਤੀ ਅਨਸਰ ਹੁੰਦੇ ਨੇ ਜਿਹੜੇ ਕਬਜ਼ੇ ਦੀ ਕੀਮਤ ਦੇ ਦਿੰਦੇ ਆ, ਰਜਿਸਟਰੀ ਤੁਹਾਡੇ ਨਾਂ 'ਤੇ ਨਹੀਂ, ਸਭ ਕੁਛ ਨਹੀਂ, ਉਹ ਸ਼ਰੇਆਮ ਕਹਿੰਦੇ ਜੀ ਸਾਡੇ ਨਾਂ 'ਤੇ ਕੁਛ ਨਹੀਂ ਹੈ, ਸਾਡੇ ਕੋਲ ਤਾਂ ਇਕੱਲਾ ਕਬਜ਼ਾ ਹੀ ਹੈ, ਕਹਿੰਦਾ 4 ਕਰੋੜ ਦੀ ਪ੍ਰੋਪਰਟੀ ਹੈ, ਲੈ ਲਾ 30 ਲੱਖ ਰੁਪਈਆ, ਲੈ ਲਾ 50 ਲੱਖ ਰੁਪਈਆ। ਸੋ ਅਗਲੇ ਨੂੰ 50 ਲੱਖ ਮੁਫਤ 'ਚ ਮਿਲਣ ਦਿਆ, ਪਰੇਸ਼ਾਨੀ ਤਾਂ ਤੁਸੀਂ ਪੈਣਾ। ਈਵਨ ਜਾਲੀ ਦਸਤਾਵੇਜ਼ ਬਣ ਜਾਂਦੇ ਨੇ, ਨੰਬਰ ਗਲਤ ਗੁਲਤ ਪਾ ਕੇ ਕਿਸੇ ਤਰੀਕੇ ਵੀ ਵਿਖਾ ਕੇ, ਫਿਰ ਉਹ ਲੰਬੀਆਂ ਲੜਾਈਆਂ ਹੋ ਜਾਂਦੀਆਂ ਨੇ। ਸੋ ਤਰੀਕਾ ਤਾਂ ਇੱਕੋ ਹੀ ਹੈ ਕਿ ਤੁਸੀਂ ਵਿਜੀਲੈਂਟ ਰਹੋ ਆਪਣੇ ਜ਼ਮੀਨ ਜਾਇਦਾਦ ਬਾਰੇ, ਆਪਣੀ ਪੂਰੀ ਇਨਫੋਰਮੇਸ਼ਨ, ਆਪਣੇ ਆਂਢ ਗੁਆਂਢ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ, ਔਰ ਆਂਢ ਗੁਆਂਢ ਤੋਂ ਇਲਾਵਾ ਪਿੰਡ ਦੇ ਮੋਹਤਬਾਰਾਂ ਨੂੰ ਜਾਂ ਸ਼ਹਿਰ ਦੇ ਮੋਹਤਬਾਰਾਂ ਨੂੰ ਤੁਹਾਡੇ ਬਾਰੇ ਪਤਾ ਹੋਣਾ ਚਾਹੀਦਾ ਹੈ। ਔਰ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਕੱਲ੍ਹ ਜਿਹੜੀ ਫਰਦ ਹੈ ਉਹ ਔਨਲਾਈਨ ਮਿਲਣੀ ਸ਼ੁਰੂ ਹੋ ਚੁੱਕੀ ਹੈ, ਉਹ ਕੰਪਿਊਟਰਾਈਜ਼ ਹੋ ਗਈ ਹੈ ਸਾਡੇ ਪੰਜਾਬ 'ਚ, ਅਤੇ 10 ਰੁਪਈਏ ਸਰਕਾਰੀ ਫੀਸ ਹੈ, 10 ਕੇ 20 ਰੁਪਈਏ। ਆਪਣੀ ਫਰਦ 6 ਮਹੀਨੇ 'ਚ ਇੱਕ ਵਾਰੀ ਜ਼ਰੂਰ ਕਢਾਓ। ਦੇਖੋ ਦੋ ਪੱਖੋਂ ਤੁਸੀਂ ਧਿਆਨ ਰੱਖਣਾ ਆਪਣੀ ਪ੍ਰੋਪਰਟੀ ਦਾ, ਇੱਕ ਰੱਖਣਾ ਕਾਨੂੰਨੀ ਪੱਖੋਂ ਕਿ ਕਾਗਜ਼ਾਂ 'ਚ ਕਿਹਦਾ ਨਾਂ ਬੋਲਦਾ, ਦੂਜਾ ਰੱਖਣਾ ਤੁਸੀਂ ਫਿਜ਼ੀਕਲ ਪੁਜੈਸ਼ਨ ਵੱਲੋਂ ਕਿ ਫਿਜ਼ੀਕਲ ਪੁਜੈਸ਼ਨ ਕਿਹਦੇ ਨਾਂ ਦੀ ਬੋਲਦੀ ਹੈ। ਆਪਣਾ ਬਿਜਲੀ ਦਾ ਮੀਟਰ ਧਿਆਨ ਰੱਖੋ ਤੁਹਾਡੇ ਨਾਂ 'ਤੇ ਰਹੇ, ਕੋਈ ਬਦਲ ਨਾ ਲਵੇ, ਪਾਵਰ ਅਟੋਰਨੀ ਜਦੋਂ ਦੇਣੀ ਹੈ
उस वे ध्यान रखो वो लिखा जाएगा कि बिजली पानी या किसी होर तरह का कनैक्शन बदलाने का यह जिम्मेदार नहीं होएगा, जबकि वो रख रखाव लई मेरे नाँ ते ही चलता रहेगा। तो रख रखाव लई महकमे नाल मतलब कोरसपोंडेंस या जी चिट्ठी पत्र पत्र व्यवहार कर सकता है। सो यह गल्लां थोड़ी जी जो पावर अटॉर्नी भी देनी है किसी को तो इन चीज़ों सोच के दो। सो होर इस तरह के बड़े सारे मुद्दे ने जिन्हों का ध्यान रखना बड़ा इंपॉर्टेंट है और ध्यान रखो तो वो उत्ते कार्रवाई करो। सो दर्शकों नूं असीं कहना चाहवांगे तुसीं कॉल कर सकते हो, जो भी एनआरआई वीर भरा भैन जो भी प्रोग्राम वेख रहे ने तुसीं कॉल कर सकते हो, जो भी तुहाडा इस संबंधी कोई तुहाडा केस है केस उलझिया होया सॉल्व नहीं हो रहा तो तुसीं कॉल कर सकते हो, जानकारी जिहड़ी हैगी आ उह वकील साहब तो लै सकते हो। बाकी जेकर तुसीं कोई विस्थारपूर्वक अपने केस संबंधी कोई गलबात करनी है तो सुनील जी का निजी नंबर है जो परसनल नंबर है वह नीचे शो हो रहा है जी स्क्रीन के हेठा बिल्कुल, उसके उपर तुसीं कॉल कर सकते हो, वट्सअप कॉल कर सकते हो, मैसेज करके तुसीं अपनी जानकारी जिहड़ी है जरूर सांझी कर सकते हो। वकील साहब जिहड़े हैगे ने साफ सुथरा केस हुंदा उन्हां दा, कोई ये नहीं हैगा कोई जालसाजी जा कोई धांधली इस तरह का कोई केस नहीं हुंदा, साफ सुथरा केस ये लड़ते हैं। बहुत सारे लोगों के एनआरआईज वीर भरावां के मसले भी जड़े हल कर चुके हैं। हैलो, आप पिछली बार भी ना सानू एक भाई साहब का फोन आता है जेडे पुछते सी कि जदों किसी ने एग्रीकल्चर लैंड जिहड़ा कि बंदा फॉरन सिटीजन बन चुका है लै ली होवे ते क्या उहदे ते सुप्रीम कोर्ट या हाई कोर्ट का कोई भी मुद्दा कोई केस या जजमेंट आई होवे? एक आपा कॉलर ले लिए। हां जी हां जी बिल्कुल। हेलो हेलो हेलो, कॉल कटेगी शायद, तो ਅਸੀਂ ਦੁਬਾਰਾ ਚਾਹਾਂਗੇ ਦਰਸ਼ਕਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਬਿਲਕੁਲ, ਪਲੱਸ YouTube ਔਰ Facebook ਤੇ ਵੀ ਸਾਡਾ ਲਾਈਵ ਚੱਲਦਾ ਹੈ ਨਾਲ ਦੀ ਨਾਲ। ਬਿਲਕੁਲ, Facebook ਤੇ ਲਾਈਵ ਚੱਲ ਰਿਹਾ ਜੀ, ਜੋ ਕੋਈ ਸਵਾਲ ਹੈਗਾ ਤੁਸੀਂ Facebook ਦੇ ਉੱਪਰ ਵੀ ਮੈਸੇਜ ਕਰਕੇ ਦੱਸ ਸਕਦੇ ਹੋ, ਪੁੱਛ ਸਕਦੇ ਹੋ। ਤੇ ਹਮਦਰਦ ਮੀਡੀਆ ਗਰੁੱਪ ਦੇ ਨਾਮ ਤੋਂ ਪਲੱਸ YouTube ਚੈਨਲ ਹੈ ਸਾਡਾ। ਤੇ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਕਿ ਅਸੀਂ ਕਾਫੀ ਡੀਪ ਰਿਸਰਚ ਹੁਣ ਤੱਕ ਕਰ ਲਈ ਹੈ, ਹਲੇ ਤੱਕ ਸਾਨੂੰ ਕੋਈ ਵੀ ਐਸਾ ਕੇਸ ਲਾਅ ਜਿਹੜਾ ਕਿ ਆਨਰੇਬਲ ਹਾਈ ਕੋਰਟ ਜਾਂ ਆਨਰੇਬਲ ਸੁਪਰੀਮ ਕੋਰਟ ਨੇ ਇਸ ਵਿਸ਼ੇ ਤੇ ਦਿੱਤਾ ਹੋਵੇ ਕਿ ਮੰਨ ਲਓ ਕਿਸੇ ਬੰਦੇ ਨੇ ਜਿਹੜਾ ਫੋਰਨ ਸਿਟੀਜ਼ਨ ਬਣ ਚੁੱਕਾ ਹੈ, ਬਣਨ ਤੋਂ ਬਾਅਦ ਐਗਰੀਕਲਚਰ ਲੈਂਡ ਲਈ ਹੈ ਔਰ ਈਡੀ ਨੇ ਜੇ ਉਹਦੇ 'ਤੇ ਕੋਈ ਕੇਸ ਕੀਤਾ ਤਾਂ ਉਹਦੇ ਵਿੱਚ ਅੱਗੋਂ ਕੀ ਵਰਜ਼ਨ ਆਇਆ? ਹਲੇ ਤੱਕ ਤਾਂ ਨਹੀਂ ਲੱਭਾ, ਅਸੀਂ ਕਾਫੀ ਜਜਮੈਂਟ ਲੱਭ ਚੁੱਕੇ ਹਾਂ ਬਟ ਅਸੀਂ ਹਲੇ ਵੀ ਆਪਣਾ ਛੱਡਿਆ ਨਹੀਂ ਹੈ ਹਿੰਮਤ। ਮੇਰੀ ਟੀਮ ਅੱਜ ਵੀ ਉਹਦੇ 'ਤੇ ਰਿਸਰਚ ਕਰ ਰਹੀ ਹੈ ਔਰ ਅਗਲੇ ਪ੍ਰੋਗਰਾਮ 'ਚ ਜਾਂ ਉਸ ਤੋਂ ਅਗਲੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹਦੇ 'ਚ ਸਾਰਾ ਪ੍ਰੋਸੀਜਰ ਦੱਸੂੰਗਾ ਵੀ ਕੰਪਲੇਂਟ ਕਿੱਥੇ ਹੋ ਸਕਦੀ ਹੈ, ਕੰਪਲੇਂਟ ਹੋ ਜਾਵੇ ਤਾਂ ਉਹਦਾ ਫੋਲੋਅਪ ਕਿਵੇਂ ਕਰਨਾ ਔਰ ਆਪਾਂ ਅਗਲਾ ਪੂਰਾ ਪ੍ਰੋਗਰਾਮ ਹੀ ਅਗਲਾ ਜਾਂ ਉਸ ਤੋਂ ਅਗਲਾ ਜਿਹੜਾ ਵੀ ਪ੍ਰੋਗਰਾਮ ਹੈ ਆਪਾਂ ਉਹਦੇ 'ਤੇ ਜ਼ਰੂਰ ਕਵਰ ਕਰਾਂਗੇ ਜੀ। ਵਕੀਲ ਸਾਹਿਬ ਤੁਸੀਂ ਕਿਹਾ ਸੀ ਕਿ ਅਗਰ ਪਹਿਲਾਂ ਤਾਂ ਨੌਬਤ ਹੀ ਨਾ ਆਵੇ ਕਿ ਤੁਹਾਡੀਆਂ ਜ਼ਮੀਨਾਂ 'ਤੇ ਕੋਈ ਕਬਜ਼ਾ ਕਰੇ, ਕੋਈ ਵੱਡਾ ਬੰਦਾ ਬਜ਼ੁਰਗ ਹੈ ਨਾ ਉਹ ਤੁਹਾਡੇ ਪੂਰਾ ਹੋਣਾ ਚਾਹੀਦਾ ਘਰ ਦੇ ਵਿੱਚ, ਪਰ ਜ਼ਿਆਦਾਤਰ ਅਸੀਂ ਵੇਖਦੇ ਹਾਂ ਨਾ ਜ਼ਿਆਦਾਤਰ ਜਿਹੜੇ ਐਨਆਰਆਈਜ਼ ਪਰਿਵਾਰ ਨੇ ਪੂਰੇ ਦੇ ਪੂਰੇ ਜਿਹੜੇ ਵਿਦੇਸ਼ 'ਚ ਰਹਿੰਦੇ ਨੇ, ਕੋਈ ਅੱਗੇ ਦੇ ਅੱਗੇ ਪਰਿਵਾਰਕ ਮੈਂਬਰ ਵੀ ਨਹੀਂ ਹੁੰਦਾ, ਫਿਰ ਉਹ ਅੱਗੇ ਕੀ ਕਰਨ? ਤੁਹਾਡਾ ਇੱਕ ਵਕੀਲ ਦੇ ਨਜ਼ਰੀਏ ਤੋਂ ਕੀ ਸੁਝਾਅ ਹੈ ਉਹਨਾਂ ਨੂੰ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੀ ਜ਼ਮੀਨ ਇੰਡੀਆ 'ਚ ਜਿਹਨੂੰ ਵੀ ਦਿੱਤੀ ਹੈ, ਮੈਂ ਬਾਰ ਬਾਰ ਕਹਿੰਦਾ ਕਿ ਉਹਦਾ ਜਿਹੜਾ ਡਾਕੂਮੈਂਟ ਬਣਾਉਣਾ ਹੈ, ਚਾਹੇ ਪਾਵਰ ਅਟਾਰਨੀ ਬਣਾਉਣੀ ਹੈ, ਚਾਹੇ ਠੇਕਾ ਬਣਾਉਣਾ ਜਾਂ ਕੁਛ ਵੀ ਬਣਾਉਣਾ, ਉਹਨੂੰ ਬੜਾ ਸਾਫ ਸੁਥਰਾ ਰੱਖੋ, ਕਲੀਅਰ ਕੱਟ ਰੱਖੋ, ਉਹਦੇ ਵਿੱਚ ਸ਼ਰਤਾਂ ਬੜੀਆਂ ਸਾਫ ਸੁਥਰੀਆਂ ਰੱਖੋ, ਫਿਰ ਸਰਕਾਰੀ ਰਿਕਾਰਡ 'ਚ ਤੁਹਾਡਾ ਨਾਮ ਬੋਲਦਾ ਰਹਿਣਾ ਚਾਹੀਦਾ, ਰਾਈਟ? ਔਰ ਸੈਕਿੰਡ ਗੱਲ, ਜਿਹੜਾ ਵੀ ਨੀਅਰੈਸਟ ਬੈਂਕ ਹੈ ਉਸ ਬੈਂਕ 'ਚ ਵੀ ਤੁਸੀਂ ਆਪਣੀ ਇੰਟੀਮੇਸ਼ਨ ਦੇ ਸਕਦੇ ਹੋ ਕਿ ਇਸ ਪ੍ਰੋਪਰਟੀ ਦਾ ਮਾਲਕ ਮੈਂ ਹਾਂ, ਕੋਈ ਹੋਰ ਨਹੀਂ ਹੈ, ਤਾਂ ਕਿ ਕੋਈ ਜੇ ਦਸਤਾਵੇਜ਼ ਬਣਾ ਕੇ ਜਾਵੇ ਤਾਂ ਉਹ ਫੜਿਆ ਜਾਵੇ। ਤੀਸਰੀ ਚੌਥੀ ਚੀਜ਼ ਜਿਹੜੀ ਮੈਂ ਕਹਿੰਦਾ ਫਿਜ਼ੀਕਲ ਪੋਜੈਸ਼ਨ 'ਤੇ, ਤੁਸੀਂ ਤੁਹਾਡੀ ਜਿੰਨੇ ਵੀ ਖੇਤ ਦੀ ਉਹ ਬਾਉਂਡਰੀ ਹੈ ਉਹਦੇ ਵਿੱਚ ਬਿਜਲੀ ਦਾ ਕੋਈ ਕਨੈਕਸ਼ਨ ਲੱਗਾ, ਕੋਈ ਬੰਬੀ ਲੱਗੀ ਹੈ ਤਾਂ ਉਹ ਬਿਜਲੀ ਮਹਿਕਮੇ ਨੂੰ ਵੀ ਰੈਗੂਲਰ ਤੁਸੀਂ ਸਾਲ ਦੋ ਸਾਲ ਚਿੱਠੀ ਪਾ ਸਕਦੇ ਹੋ। ਮੰਨ ਲਓ ਤੁਸੀਂ ਇਹ ਸਾਰੇ ਕੰਮ ਨਹੀਂ ਕਰ ਸਕਦੇ ਤਾਂ ਉਹਦੇ ਵਾਸਤੇ ਤੁਸੀਂ ਇੰਡੀਆ 'ਚ ਕੋਈ ਵੀ ਐਡਵੋਕੇਟ ਅਪੁਆਇੰਟ ਕਰ ਸਕਦੇ ਹੋ ਛੋਟੇ ਮੋਟੇ ਕੰਮਾਂ ਲਈ ਕਿ ਸਰ ਇੱਕ ਸਾਡੀ RTI ਪਾ ਦਿਓ, ਲਾਸਟ ਬਿੱਲ ਹੀ ਮੰਗਾ ਦਿਓ, ਅਤੇ ਕੋਈ ਨਾ ਕੋਈ ਕੋਰਸਪੋਂਡੈਂਸ ਜਦੋਂ ਤੁਹਾਡੇ ਨਾਮ 'ਤੇ ਚੱਲਦੀ ਰਹੇਗੀ ਕਿ ਮੰਨ ਲਓ ਆਈ ਸੁਨੀਲ ਮੱਲਨ ਔਨ ਬਿਹਾਫ ਆਫ ਕਮਲਦੀਪ ਕੌਰ, ਠੀਕ ਹੈ ਨਾ ਜੀ, ਓਨਰ ਆਫ ਸੋ ਐਂਡ ਸੋ ਪ੍ਰੋਪਰਟੀ, ਆਥੋਰਾਈਜ਼ ਟੂ ਇੰਟਰੈਕਟ ਵਿਦ ਯੂਅਰ ਡਿਪਾਰਟਮੈਂਟ ਥਰੂ ਦਿਸ ਦਿਸ ਦਿਸ, ਅਤੇ ਤੁਸੀਂ ਮੈਨੂੰ ਮੇਰੀ ਕਲਾਇੰਟ ਵਾਸਤੇ ਆਹ ਇਨਫੋਰਮੇਸ਼ਨ ਭੇਜੋ, ਮੈਂ ਉਹਦਾ ਆਥੋਰਾਈਜ਼ ਬੰਦਾ ਇੱਥੇ ਇੰਡੀਆ 'ਚ, ਤੋ ਡੈਫੀਨੇਟਲੀ ਜਦੋਂ ਅਸੀਂ ਕੋਰਸਪੋਂਡੈਂਸ ਕਰਾਂਗੇ ਤਾਂ ਉਹਦਾ ਜਵਾਬ ਮਿਲੇਗਾ ਸਾਨੂੰ। ਔਰ ਜਦੋਂ ਅਸੀਂ ਮਹਿਕਮੇ ਨਾਲ ਚਿੱਠੀ ਪੱਤਰੀ ਕਰਦੇ ਰਹਿੰਦੇ ਹਾਂ ਦੋ ਤਿੰਨਾਂ ਸਾਲਾਂ 'ਚ, ਕੋਈ ਨਾ ਕੋਈ ਸਾਡਾ ਜਵਾਬ ਆਉਂਦਾ ਜਾਂਦਾ ਰਹਿੰਦਾ, ਅਤੇ ਡੈਫੀਨੇਟਲੀ ਡਿਪਾਰਟਮੈਂਟ ਵਿਜੀਲੈਂਟ ਰਹਿੰਦਾ ਕਿ ਯਾਰ ਇਹਨਾਂ ਦੀ ਚਿੱਠੀ ਆਉਂਦੀ ਹੈ ਅਤੇ ਪੰਗਾ ਨਹੀਂ ਕੋਈ ਪਾਉਣਾ, ਕੋਈ ਗਲਤ ਬੰਦਾ ਆਉਂਦਾ ਤਾਂ ਉਹ ਇੰਟੀਮੇਸ਼ਨ ਮਿਲ ਜਾਂਦੀ ਹੈ। ਸੋ ਕੰਟੈਕਟ 'ਚ ਰਹੋ, ਆਸ ਗੁਆਂਢ ਨੂੰ ਦੱਸ ਕੇ ਰੱਖੋ, ਠੀਕ ਹੈ ਨਾ ਜੀ, ਕਿ ਤੁਹਾਡੇ ਇਹ ਲੈਂਡ ਹੈ, ਤੁਹਾਡੀ ਇਹ ਪ੍ਰੋਪਰਟੀ ਹੈ,
तो उहदे करके तुसीं बच सकदे हो। और अपने इलाके दे जिन्ने प्रॉपर्टी डीलर ने नेड़े तेड़े दे उन्हां बारे भी जानकारी रखो। और मैं मेरी भी एक दिल्ली प्रॉपर्टी है जी, रेयरली मैं जाना उत्थे, तो मैं तो उही करदा कि जिन्ने उत्थों दे प्रॉपर्टी डीलर रजिस्ट्री पा देना उन्होंने पोस्ट कार्ड ते लिख के कि आह प्रॉपर्टी मेरी है। कल नूं कोई प्रॉपर्टी डीलर मैनूं पता लगे कि उहदा सौदा कराउंदा या आंढ़ियां गुआंढ़ियों नूं मैं चिट्ठी पाउणा ते मैं भी फेरा मारदा रहिंदा, हुण जिवें दो साल नहीं जा सकिया, ते रजिस्ट्री कराओ घट्टो घट्ट इनफॉर्मेशन तां घुम्मे ना। खाली प्लाट ते नहीं बोलेगा मैं सुनील मल्लन दा मालक मालक आ मेरा, उहदे लई जदों चिट्ठी पाओगे आले दुआले दे 20 घरां नूं ते पता लगेगा ना भी 44 नंबर प्लाट सुनील मल्लन दा। सो इस तरह पहली गल तो जे छोटा कोई प्लॉट है तो खाली ना छड्डो, उहदे ते कंस्ट्रक्शन करो 10-10 फुट दीवारां दी, अपना बोर्ड लाओ, टैंपरेरी मीटर पानी का मीटर या बिजली का मीटर लवा लो, तो 200-300 रुपया महीने का भी कही है, तो 3-4 हज़ार रुपया साल का खर्चा आता है, जो भी वह मिनिमम चार्ज देना पैंता वो दे दो, एक अद्धा कोई लाइट मतलब जगा लो। बड़े सारे रस्ते ने जी, वो तो केस टू केस आप डिस्कस कर सकते हैं कि किस बंदे का कितने की मैटर है जी। वकील साहब हुण आपां गल करदे आ एनराइज्ड नहीं, हुण अगर इंडिया दे विच जमीन खरीदनी है तां किवें खरीदे, क्योंकि अजकल कहिंदे ने जदों एनराइज आ जांदा तां लोकां नूं पता हुंदा कि पैसा पूसा वाधू होऊगा तां जिन्ना असीं मंगांगे उन्ना मूहों दे देना, तां बहुत सारा उन्हां दे नाल धक्का हुंदा। ਕਿਵੇਂ ਜਿਹੜੀ ਆ ਜ਼ਮੀਨ ਅਗਰ ਐਨਰਾਈਜ਼ ਨੇ ਖਰੀਦਣੀ ਆ ਤਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਉਹਨੂੰ ਧਿਆਨ ਰੱਖਣਾ ਚਾਹੀਦਾ ਤੇ ਕੀ ਕੀ ਦਸਤਾਵੇਜ਼ ਉਹਨਾਂ ਦੇ ਕੋਲ ਹੋਣੇ ਚਾਹੀਦੇ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮਝਾ ਦਿੰਦਾ ਸਾਰਿਆਂ ਨੂੰ ਕਿ ਐਗਰੀਕਲਚਰ ਲੈਂਡ ਸਾਡਾ ਕੋਈ ਵੀ ਐਨਆਰਆਈ ਵੀਰ ਨਹੀਂ ਖਰੀਦ ਸਕਦਾ। ਜੇ ਉਹ ਖਰੀਦਣਾ ਤੇ ਉਹਦੇ ਲਈ 3 ਸ਼ਰਤਾਂ ਮਿਨੀਮਮ ਨੇ ਕਿ ਜਾਂ ਤੇ ਉਹ ਟਰੱਸਟ ਬਣਾਵੇ ਜਾਂ ਉਹ ਸੁਸਾਇਟੀ ਬਣਾਵੇ ਤੇ ਜਾਂ ਉਹ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਵੇ। ਪ੍ਰਾਈਵੇਟ ਲਿਮਿਟਿਡ ਕੰਪਨੀ ਵੀ ਦੋ ਤਰੀਕਿਆਂ 'ਚ ਬਣਦੀ ਹੈ, ਪ੍ਰੋਫਿਟ ਤੇ ਨਾਨ ਪ੍ਰੋਫਿਟ। ਸੋ ਪਹਿਲਾਂ ਤੇ ਉਹ ਬਣਾਵੇ ਤੇ ਫਿਰ ਉਹ ਐਗਰੀਕਲਚਰ ਲੈਂਡ ਖਰੀਦ ਸਕਦਾ, ਫਿਰ ਉਹ ਜਿਹੜੀ ਮਰਜ਼ੀ ਇਕਵਿਪਮੈਂਟ ਲਿਆ ਕੇ ਪ੍ਰੋਪਰ ਉਹਨੂੰ ਇੱਕ ਐਗਰੀਕਲਚਰ ਇੰਡਸਟਰੀ ਵਾਂਗੂ ਵਰਤ ਸਕਦਾ। ਜਦੋਂ ਤੱਕ ਉਹਨਾਂ ਨੇ ਆਪਣਾ ਘਰ ਲੈਣਾ ਹੈ, ਪਰਸਨਲ ਪ੍ਰੋਪਰਟੀ ਲੈਣੀ ਹੈ ਜਾਂ ਕੁਛ ਵੀ ਲੈਣਾ, ਅਤੇ ਜਿਸ ਵੀ ਸੱਜਣ ਕੋਲ ਲੈ ਰਹੇ ਨੇ ਤਾਂ 30-40 ਸਾਲ ਦਾ ਪਿਛਲਾ ਰਿਕਾਰਡ ਜ਼ਰੂਰ ਉਹਦੇ ਕੋਲ ਲੈਣ, ਉਸ ਪ੍ਰੋਪਰਟੀ ਓਨਰ ਕੋਲੋਂ ਜਾਂ ਡੀਲਰ ਕੋਲੋਂ, ਅਤੇ ਜਾਂ ਮੰਨ ਲਓ ਕਰੋੜ ਰੁਪਏ ਦੀ ਪ੍ਰੋਪਰਟੀ ਹੈ ਅਤੇ 20-25 ਲੱਖ ਰੁਪਏ ਦਾ ਬੈਂਕ ਲੋਨ ਜ਼ਰੂਰ ਕਰਾ ਲੈਣ। ਮੈਂ ਪਿਛਲੀ ਵਾਰ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅਸੀਂ ਇੱਕ ਕਮਰਸ਼ੀਅਲ ਪ੍ਰੋਪਰਟੀ ਮੇਰਾ ਕੋਈ ਕਲਾਇੰਟ ਲੈ ਰਿਹਾ ਸੀ, ਜਦੋਂ ਲੈਣ ਲੱਗੇ ਤਾਂ ਅਸੀਂ 10 ਕੁ ਲੱਖ ਰੁਪਏ ਦਾ ਸਿਰਫ ਲੋਨ ਕਰਾਉਣਾ ਸੀ, ਜ਼ਿਆਦਾ ਨਹੀਂ, ਉਹ ਵੀ ਇੱਕ ਫੋਰਮੈਲਿਟੀ ਲਈ। ਜਦੋਂ ਅਸੀਂ ਲੋਨ ਵਾਸਤੇ ਡਾਕੂਮੈਂਟ ਦਿੱਤੇ ਤਾਂ ਫਿਰ ਬੈਂਕ ਨੇ ਸਾਨੂੰ ਦੱਸਿਆ ਕਿ ਜਿਹੜੀ ਇਹ ਪ੍ਰੋਪਰਟੀ ਹੈ ਇਹ ਟੈਕਨੀਕਲੀ ਇਹਦੀ ਰਜਿਸਟਰੀ ਮਕਾਨ ਦੀ ਹੈ, ਹਾਊਸਹੋਲਡ ਦੀ ਰਜਿਸਟਰੀ ਹੈ, ਰੈਜੀਡੈਂਸ਼ੀਅਲ ਪ੍ਰੋਪਰਟੀ ਦੀ ਰਜਿਸਟਰੀ ਹੈ, ਤੁਹਾਨੂੰ ਇਹ ਬੰਦਾ ਕਮਰਸ਼ੀਅਲ ਕਹਿ ਕੇ ਵੇਚ ਰਿਹਾ, ਇਹਨੇ ਆਪਣਾ ਮੁੱਲ ਵਧਾਇਆ ਹੋਇਆ। ਸੋ ਸਾਡੇ ਉਹ ਚੀਜ਼ ਸਾਹਮਣੇ ਆਈ, ਅਸੀਂ ਉਹਦੀ ਪ੍ਰੀਵੈਂਸ਼ਨ ਕੀਤੀ ਔਰ ਅਸੀਂ ਉਸ ਤੋਂ ਬਚਾਅ ਕੀਤਾ, ਆਪਣਾ ਸਾਡੇ ਕਲਾਇੰਟ ਦਾ ਬਚਾਅ ਹੋਇਆ, ਉਹਦੇ ਪੈਸੇ ਦਾ ਬਚਾਅ ਹੋਇਆ, ਕਿਉਂਕਿ ਚੇਂਜ ਆਫ ਲੈਂਡ ਯੂਜ਼ ਉਹਨੇ ਕਰਾਇਆ ਹੀ ਨਹੀਂ ਸੀ ਬੰਦੇ ਨੇ ਕਮਰਸ਼ੀਅਲ ਪ੍ਰੋਪਰਟੀ ਦਾ। ਸੋ ਉਹਦੇ ਕਰਕੇ ਇਹ ਦਿੱਕਤਾਂ ਮਤਲਬ ਕਈ ਸਾਰੀਆਂ ਆਉਂਦੀਆਂ ਨੇ। ਲੋਨ ਇੱਕ ਅੱਛਾ ਜ਼ਰੀਆ ਹੈ, ਬੈਂਕ ਜੋ ਕਿ 2-3 ਜਗ੍ਹਾ ਤੋਂ ਇਨਕੰਬਰੈਂਸ ਵੀ ਕਰਾਉਂਦਾ ਹੈ, ਫਿਰ ਉਹ ਬਿਲਾ ਭਾਰ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਫਿਰ ਉਸ ਤੋਂ ਬਾਅਦ ਉਹ ਵੈਲਿਊਏਸ਼ਨ ਵੀ ਕਰਾਉਂਦਾ ਕਿ ਕਿਆ ਰਿਐਲਿਟੀ 'ਚ ਇੰਨੀ ਵੈਲਿਊ ਹੈਗੀ ਉਸ ਜਗ੍ਹਾ ਦੀ, ਔਰ ਬਿਲਡਿੰਗ ਬਾਏ ਲਾਜ਼ ਔਰ ਬਾਕੀ ਚੀਜ਼ਾਂ ਦੀਆਂ ਚੀਜ਼ਾਂ ਚੈੱਕ ਕੀਤੀਆਂ ਜਾ ਸਕਦੀਆਂ ਨੇ, ਉਹ ਸਾਰਾ ਕੁਛ ਹੀ ਹੈ ਜੀ। ਕਈ ਵਾਰ ਇਹ ਬੰਦੇ ਨਾ ਵਕੀਲ ਸਾਹਿਬ ਕਿ ਜਿਹੜੇ ਪ੍ਰੋਪਰਟੀ ਡੀਲਰ ਹੁੰਦੇ ਨੇ ਅਜਿਹੀ ਜ਼ਮੀਨ ਉਹਨਾਂ ਨੂੰ ਦਵਾ ਦਿੰਦੇ ਨੇ ਜਿਹਦਾ ਕੋਈ ਨੇੜੇ ਤੇੜੇ ਕੁਛ ਵਾਹ ਵਾਸਤਾ ਨਹੀਂ ਹੁੰਦਾ ਜਾਂ ਕੰਮ ਦੀ ਨਹੀਂ ਹੁੰਦੀ ਉਹ ਜੀ, ਇਹ ਵੀ ਹੁੰਦਾ ਨਾ ਕਈ ਵਾਰ? ਹੁੰਦਾ ਤੇ ਬਹੁਤ ਕੁਛ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਖੁਦ ਨੂੰ ਵਿਜੀਲੈਂਟ ਹੋਣਾ ਪਏਗਾ, ਪ੍ਰੋਸੀਜਰ ਬਾਰੇ ਪਤਾ ਲੱਗਣਾ ਚਾਹੀਦਾ, ਔਰ ਇੱਕ ਚੰਗੇ ਟੈਕਨੀਕਲ ਲੀਗਲ ਬੰਦੇ ਨੂੰ ਆਪਣੇ ਨਾਲ ਰੱਖੋ, ਉਹਦੀ ਕੋਸਟ ਇਨੀਸ਼ੀਅਲੀ ਜੇ ਦੇ ਦੋਗੇ ਤੇ ਬਾਅਦ ਚੋਂ ਲੰਬੇ ਪਛੜਿਆਂ 'ਚ ਨਹੀਂ ਪਾਓਗੇ। ਸ਼ਾਰਟਕੱਟ 'ਚ ਮੈਂ ਗੱਲ ਕਵਾਂ, ਹੁਣ ਜੇ ਮੈਂ ਸਭ ਕੁਝ ਪੜ੍ਹਾਉਣ ਬਹਿ ਜਾਵਾਂਗਾ ਤਾਂ ਉਹ ਤਾਂ ਪੋਸੀਬਲ ਨਹੀਂ ਹੈ, ਕਿਉਂਕਿ 90% ਜ਼ਮੀਨਾਂ ਦੇ ਸੌਦੇ, ਵਿਆਹ ਦੇ ਸੌਦੇ, ਰਿਸ਼ਤੇ ਸੌਦੇ ਕਵਾਂਗਾ, ਸੌਰੀ ਰਿਸ਼ਤੇ ਕਹਿਣਾ ਚਾਹੁੰਦਾ, ਵਿਆਹ ਦੇ ਰਿਸ਼ਤੇ ਹੋਣ ਜਾਂ ਕੋਈ ਇਹੋ ਜਿਹਾ ਕੁਛ ਵੀ ਹੋਵੇ, ਉਹ ਪਹਿਲਾਂ ਇਮੋਸ਼ਨਲ ਗਰਾਊਂਡ ਤੋਂ ਸ਼ੁਰੂ ਹੁੰਦੇ ਨੇ, ਅਤੇ ਇਮੋਸ਼ਨਲ ਗਰਾਊਂਡ ਵਿੱਚ ਲਾਅ ਨਾਲ ਉਹਦਾ ਰਿਲੇਸ਼ਨ ਨਹੀਂ ਹੈ, ਕਿਉਂਕਿ ਲਾਅ ਜਿਹੜਾ ਰੈਸ਼ਨਲ ਡਿਸੀਜਨ 'ਤੇ ਕੰਮ ਕਰਦਾ, ਸਟੈਪ ਬਾਏ ਸਟੈਪ, ਆਹ ਕਾਨੂੰਨੀ ਪੱਖ ਹੈਗਾ, ਦੂਜਾ ਹੈਗਾ, ਤੀਜਾ ਹੈਗਾ, ਚੌਥਾ ਹੈਗਾ। ਮਤਲਬ ਮੈਂ ਬਹੁਤ ਬਿਮਾਰ ਹਾਂ ਜਾਂ ਮੇਰੀ ਫੈਮਿਲੀ ਬਹੁਤ ਬਿਮਾਰ ਹੈ ਉਹ ਕੈਨੇਡਾ, ਅਤੇ ਮੈਂ ਰੋ ਰੋ ਕੇ ਮੈਸੇਜ ਵਿਖਾਊਂਗਾ, ਮੈਨੂੰ ਵੀਜ਼ਾ ਨਹੀਂ ਮਿਲਣਾ ਕਾਗਜ਼ 'ਤੇ, ਉਹਨਾਂ ਨੇ ਕਹਿਣਾ ਬਾਊ ਜੀ ਪਾਸਪੋਰਟ ਲੈ ਕੇ ਆਓ, ਆਪਣਾ ਆਪਣੀਆਂ ਰਿਟਰਨਾਂ ਸ਼ੋਅ ਕਰੋ, ਆਪਣਾ ਸਭ ਕੁਛ ਸ਼ੋਅ ਕਰੋ, ਤਾਂ ਤੁਹਾਨੂੰ ਵੀਜ਼ਾ ਦਿੰਦੇ ਹਾਂ। ਸੋ ਨੋਟ ਔਨ ਇਮੋਸ਼ਨਲ ਗਰਾਊਂਡਸ, ਮੈਂ ਫਿਰ ਕਹਾਂਗਾ ਕਿ ਰੈਸ਼ਨਲ ਗਰਾਊਂਡਸ ਦੇ ਉੱਤੇ ਤੁਸੀਂ ਆਪਣਾ ਇਹ ਕੰਮ ਕਰਨਾ ਸਿੱਖੋ ਜੀ। ਵਕੀਲ ਸਾਹਿਬ ਹੁਣ ਐਨਰਾਈਜ਼ ਨੇ ਵਿਦੇਸ਼ਾਂ 'ਚ ਬੈਠੇ ਪਹਿਲਾਂ, ਬਿਲਕੁਲ ਬਿਲਕੁਲ ਜੀ। ਹੈਲੋ ਹੈਲੋ, ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਜੀ। ਪਹਿਲਾਂ ਜੀ ਸਤਿ ਸ਼੍ਰੀ ਅਕਾਲ, ਨਾਮ ਤੇ ਜਗ੍ਹਾ ਦੱਸ ਦਿਓ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਟੋਰਾਂਟੋ ਤੋਂ ਬੋਲ ਰਿਹਾ ਹਾਂ ਤੇ ਮੱਖਣ ਸਿੰਘ ਮੇਰਾ ਨਾਮ ਹੈ ਜੀ। ਵੀਰ ਜੀ ਹਾਂਜੀ, ਮੈਂ ਪੁੱਛਣਾ ਚਾਹੁੰਦਾ ਹਾਂ ਵੀ ਵਕੀਲ ਸਾਹਿਬ ਜਿਹੜਾ ਦੱਸ ਰਹੇ ਸਵਾਲ, ਮੈਂ ਨਾ 3-4 ਵੀਕ ਪਹਿਲਾਂ ਪੁੱਛਿਆ ਸੀ ਇਹ ਸਵਾਲ ਵੀ ਜਿਹੜੀਆਂ ਪੈਲੀਆਂ
या जगह जिहड़ी हैगी रोड दे विच सड़कां जिहड़ियां निकल रहियां वड्डियां हाईवे उहनां 'च आ रही आ जी, ਉਹਨਾਂ ਦਾ ਕੀ ਪ੍ਰੋਸੀਜਰ ਆ, ਕਿਸ ਤਰ੍ਹਾਂ ਕਿੰਨੇ ਨੂੰ ਕਿੰਨੇ ਪੈਸੇ ਉਹ ਪਰ ਮਰਲੇ ਦੇ ਦੇ ਰਹੇ ਆ, ਕੀ ਉਹ ਕਰ ਰਹੇ ਆ? ਬਿਲਕੁਲ ਠੀਕ ਹੈ, ਇਹਦੀ ਵਾਸਤੇ ਭਾਅ ਜੀ ਮੈਂ ਕਲੀਅਰ ਕਹਿੰਦਾ ਕਿ ਸਭ ਤੋਂ ਪਹਿਲਾਂ ਲੋਕੇਸ਼ਨ ਕਿੱਥੇ ਹੈ ਉਹ ਨਿਰਭਰ ਕਰੇਗਾ, ਔਰ ਉੱਥੇ ਪ੍ਰੋਪਰ ਡੀ ਸੀ ਸਾਹਿਬ ਦਾ ਇੱਕ ਕਲੈਕਟਰ ਰੇਟ ਹੋਏਗਾ ਤੁਹਾਡੇ ਉਸ ਇਲਾਕੇ 'ਚ, ਉਸ ਕਲੈਕਟਰ ਰੇਟ ਦੇ ਹਿਸਾਬ ਨਾਲ ਪਲੱਸ ਉਹਦਾ ਰਕਮ ਦਾ ਵਿਆਜ, ਦੋ ਤਿੰਨ ਚੀਜ਼ਾਂ ਅੰਕੜੇ ਜੁੜਦੇ ਨੇ ਅਤੇ ਜਿਹਦੇ ਤੋਂ ਪੇਮੈਂਟ ਹੁੰਦੀ ਹੈ ਜੀ, ਕਿਉਂਕਿ ਅਮਾਊਂਟ ਮੈਂ ਨਹੀਂ ਦੱਸ ਸਕਦਾ, ਅਮਾਊਂਟ ਜਗ੍ਹਾ ਜਗ੍ਹਾ ਦੇ ਹਿਸਾਬ ਨਾਲ ਡਿਫਰੈਂਟ ਹੈ, ਕਿਤੇ 1,000 ਰੁਪਏ ਗਜ ਹੈ ਅਤੇ ਕਿਤੇ 10,000 ਰੁਪਏ ਗਜ ਹੈ, ਕਿਤੇ 1,00,000 ਰੁਪਏ ਗਜ ਵੀ ਹੈ, ਸੋ ਡਿਪੈਂਡ ਕਰਦਾ ਆਪਣੀ ਜਗ੍ਹਾ ਕਿੱਥੇ ਹੈ, ਜਿਹਦੇ ਵਿੱਚੋਂ ਜਿਹੜਾ ਨੈਸ਼ਨਲ ਹਾਈਵੇ ਨਿਕਲ ਰਿਹਾ ਕਿ ਸਟੇਟ ਹਾਈਵੇ ਨਿਕਲ ਰਿਹਾ, ਔਰ ਉਹਦੀ ਕਿੱਥੋਂ ਤੱਕ ਐਕਵਾਇਰ ਹੋ ਰਹੀ ਹੈ, ਐਕਵਾਇਰ ਤੋਂ ਬਾਅਦ ਕਿੱਥੋਂ ਤੱਕ ਤੁਹਾਨੂੰ ਨੋਨ ਕੰਸਟਰਕਸ਼ਨ ਵਾਸਤੇ ਵੀ ਮੁਆਵਜ਼ਾ ਮਿਲ ਸਕਦਾ, ਸੋ ਬੜਾ ਸਾਰਾ ਲੰਬਾ ਚੌੜਾ ਟੈਕਨੀਕਲ ਪੁਆਇੰਟ ਹੈ, ਤੁਸੀਂ ਮੈਨੂੰ 9 ਵਜੇ ਫੋਨ ਕਰ ਲਿਓ, ਮੈਨੂੰ ਥੋੜ੍ਹੀ ਜਿਹੀ ਡਿਟੇਲ ਲਿਖਾਇਓ ਅਤੇ ਮੈਂ ਤੁਹਾਡੇ ਲਈ RTI ਪਾ ਕੇ ਤੁਹਾਨੂੰ ਕੋਲੋਂ ਤੁਹਾਡੇ ਵਾਸਤੇ ਸਾਰਾ ਰਿਕਾਰਡ ਮੈਂ ਮੰਗਾ ਕੇ ਦੇ ਸਕਦਾ ਜੀ, ਪੰਜਾਬ ਜਾਂ ਹਰਿਆਣੇ ਜਾਂ ਇੰਡੀਆ ਦੇ ਕਿਸੇ ਵੀ ਕੋਨੇ 'ਤੇ ਹੈ, ਤਾਂ ਅਸੀਂ ਪਤਾ ਕਰਾ ਸਕਦੇ ਹਾਂ ਵੀ ਜੇ ਇੱਥੋਂ ਹਾਈਵੇ ਨਿਕਲ ਰਿਹਾ ਤਾਂ ਕੀ ਮੁਆਵਜ਼ਾ ਮਿਲਣਾ ਆਪਣੇ ਜਿਹੜਾ ਵੀ ਉੱਥੋਂ ਦਾ ਮਤਲਬ ਓਨਰ ਹੈ ਜੀ। ਅਤੇ ਇੱਕ ਗੱਲ ਬੜੀ ਧਿਆਨ ਨਾਲ ਯਾਦ ਰੱਖਣਾ ਮੇਰੇ ਸਾਰੇ ਭੈਣ ਭਰਾ, ਜਿਨ੍ਹਾਂ ਦੀ ਪੈਲੀਆਂ 'ਚੋਂ ਸਰਕਾਰੀ ਰਸਤਾ ਕੋਈ ਵੀ ਨਿਕਲ ਰਿਹਾ ਜਾਂ ਕੋਈ ਨੈਸ਼ਨਲ ਹਾਈਵੇ ਬਣ ਰਿਹਾ, ਉਹ ਆਪਣੀਆਂ ਫਰਦਾਂ ਅਪਡੇਟ ਜ਼ਰੂਰ ਰੱਖਣ, ਕਿਉਂਕਿ ਫਰਦ ਤੋਂ ਮਾਲਕੀ ਨਿਕਲਣੀ ਹੈ ਔਰ ਉਸੇ ਫਰਦ ਦੇ ਹਿਸਾਬ ਨਾਲ ਤੁਹਾਨੂੰ ਉਹਦਾ ਮੁਆਵਜ਼ਾ ਮਿਲਣਾ, ਪਲੱਸ ਜਿਹੜੀ ਅਥਾਰਟੀ ਤੁਹਾਡੀ ਜਗ੍ਹਾ ਨੂੰ ਐਕੁਆਇਰ ਕਰੇਗੀ ਉਹ ਤੁਹਾਨੂੰ ਨੋਟਿਸ ਦੇਵੇਗੀ ਪਹਿਲਾਂ ਕਿ ਅਸੀਂ ਇੱਥੇ ਇਹ ਡਿਵੈਲਪਮੈਂਟ ਕਰਨ ਲੱਗੇ ਹਾਂ ਅਤੇ ਇਹਦੇ ਵਾਸਤੇ ਤੁਹਾਡੀ ਅਸੀਂ ਜਗ੍ਹਾ ਐਕੁਆਇਰ ਕਰਨੀ ਹੈ, ਔਰ ਉਹਦੇ 'ਚ ਵੀ ਅੱਗੋਂ ਫਿਰ ਅੱਗੋਂ ਟੈਕਨੀਕਲ ਪੁਆਇੰਟ ਨੇ। ਹੁਣ ਅੰਮ੍ਰਿਤਸਰ ਦੀ ਇੱਕ ਜਗ੍ਹਾ ਦੀ ਗੱਲ ਕਰਦਾ ਜਿਹੜੇ ਪਿਛਲੇ 25-30 ਸਾਲ ਤੋਂ ਝਗੜੇ ਚੱਲਦੀ ਪਈ ਹੈ, ਜਗ੍ਹਾ ਸ਼ੋਅ ਕਰਕੇ ਉੱਥੇ ਮੰਨ ਲਓ 188 ਏਕੜ ਕੀ ਸਰਕਾਰ ਐਕੁਆਇਰ ਕਰੇਗੀ, ਪਰ ਇਨ ਬਿਟਵੀਨ ਪ੍ਰਾਈਵੇਟ ਬਿਲਡਰਾਂ ਨੂੰ ਵਿੱਚੋਂ ਵਿੱਚੋਂ ਥਾਂ ਦੇ ਦਿੱਤੀ ਕਿ ਤੁਸੀਂ ਇਹਦੇ ਵਿੱਚ ਆਪਣੀਆਂ ਕਲੋਨੀਆਂ ਵਸਾ ਲਓ, ਅਤੇ ਜਿਹੜੀ ਉਹ ਪੂਰੀ 188 ਗਜ ਜਗ੍ਹਾ ਸੀ ਉਹ ਰਹਿ 88 ਗਜ ਗਈ, 100 ਗਜ ਤਾਂ ਬਿਲਡਰਾਂ ਨੂੰ ਹੀ ਦੇ ਦਿੱਤੀ ਸਰਕਾਰ ਨੇ, ਹੁਣ ਉਹ 88 ਗਜ ਵਿੱਚ ਕਿਵੇਂ ਉਹਨੂੰ ਡਿਵੈਲਪ ਕਰਨਗੇ, ਕਿਵੇਂ ਕੀ ਕਰਨਗੇ? ਸੋ ਭਾਅ ਜੀ ਬੜੇ ਸਾਰੇ ਟੈਕਨੀਕਲ ਲਕੂਨੇ ਆ ਇਹਨਾਂ ਕੰਮਾਂ 'ਚ, ਕਈਆਂ ਨੂੰ ਮੁਆਵਜ਼ੇ ਮਿਲ ਜਾਂਦੇ ਆ ਮੌਕੇ ਸਿਰ, ਕਈਆਂ ਨੂੰ ਨਹੀਂ ਮਿਲਦੇ, ਤਾਂ ਡਿਪੈਂਡ ਕਰੇਗਾ ਲੈਂਡ ਕਿੱਥੇ ਹੈ, ਕਿਸ ਪਰਪਜ਼ ਲਈ ਐਕੁਆਇਰ ਹੋਣ ਲੱਗੀ ਹੈ, ਔਰ ਉੱਥੋਂ ਦੇ ਰੇਟ ਕੀ ਨੇ ਕਲੈਕਟਰ ਰੇਟ, ਅਤੇ ਉਹਦੇ ਵਿੱਚ ਇੰਟਰਸਟ ਜਾਂ ਬਾਕੀ ਮੁਆਵਜ਼ੇ ਰੀਹੈਬਿਲੀਟੇਸ਼ਨ ਦੇ ਮੁਆਵਜ਼ੇ ਕਿੰਨੇ ਸਰਕਾਰ ਨੇ ਮਿੱਥੇ ਨੇ, ਉਹਦੇ ਵਾਸਤੇ ਇੱਕ ਆਰਬੀਟ੍ਰੇਟਰ ਵੀ ਅਪੁਆਇੰਟ ਹੁੰਦਾ, ਸੋ ਦੇਰ ਇਜ਼ ਅ ਲੈਂਥੀ ਪ੍ਰੋਸੈਸ, ਉਹਦੇ ਵਾਸਤੇ ਮੈਂ ਚਾਹੂੰਗਾ ਕਿ ਮੈਨੂੰ ਡਿਟੇਲ ਦਿਓਗੇ ਅਤੇ ਮੈਂ ਤੁਹਾਡੇ ਲਈ RTI ਪਾ ਕੇ 1-15 ਦਿਨ ਲੱਗਦੇ ਨੇ, ਜਵਾਬ ਮੈਂ ਲੈ ਦਾਂਗਾ ਜੀ। ਹੋਰ ਕੋਈ ਸਵਾਲ ਭਾਅ ਜੀ ਮਨ 'ਚ? ਬਸ ਸਵਾਲ ਇਹੋ ਹੀ ਆ ਵੀ ਇਹ ਜਿਹੜਾ ਤੁਸੀਂ ਦੱਸਿਆ ਵਾ ਇਹ ਕੰਮ ਤੇ ਚਲੋ ਲੰਮਾ ਚੌੜਾ ਵਾ, ਪਰ ਮੈਂ ਵੈਸੇ ਪੁੱਛਿਆ ਸੀ ਵੀ ਇਹ ਕੀ ਭਾਅ ਗੌਰਮੈਂਟ ਕੀ ਦੇ ਰਹੀ ਆ ਔਰ ਬਿਲਕੁਲ ਹੁੰਦੀ ਹੈ ਜੀ, ਬਹੁਤ ਕੁਛ ਹੁੰਦਾ ਭਾਅ ਜੀ, ਤਾਂ ਹੀ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਕਹਿਤੀ ਕਿ ਤੁਸੀਂ ਪਹਿਲਾਂ ਆਪਣੀ ਫਰਦ ਅਤੇ ਆਪਣੇ ਕਿੱਲੇ ਦੀ ਨਿਸ਼ਾਨਦੇਹੀ ਜਿੱਥੇ ਵੀ ਤੁਹਾਡੀ ਉਹ ਜ਼ਮੀਨ ਹੈ ਉਹ ਪੱਕੀ ਕਰਾ ਲਓ, ਉਹਦੇ 'ਤੇ ਸੀਮਿੰਟ ਦੀਆਂ ਬੁਰਜੀਆਂ ਗਜਾਲ ਗੱਢ ਲਓ, ਤਾਂ ਕਿ ਘੱਟੋ ਘੱਟ ਅੱਛਾ ਫਿਰ ਮੰਨ ਲਓ ਉਹਦੇ 'ਚ ਬਦਾਮਾਂ ਦੀ ਖੇਤੀ ਹੋ ਰਹੀ ਹੈ ਅਤੇ ਮੁੱਲ ਅਲੱਗ ਹੈ, ਉਹਦੇ 'ਚ ਕਿੱਕਰ ਲੱਗੀ ਹੈ ਅਤੇ ਮੁੱਲ ਅਲੱਗ ਹੈ, ਉਹਦੇ 'ਚ ਫਸਲ ਲੱਗਦੀ ਹੈ ਮੁੱਲ ਅਲੱਗ ਹੈ, ਉਹ ਰੇਤਲੀ ਉਹਦਾ ਮੁੱਲ ਅਲੱਗ ਹੈ, ਅਤੇ ਇਸ ਤਰ੍ਹਾਂ ਮੈਂ ਕਹਿੰਦਾ ਪੈਂਦਾ, ਪਰ ਬੜੇ ਸਾਰੇ ਲੰਬੇ ਚੌੜੇ ਮੁੱਦੇ ਨੇ, ਜਿੱਥੇ ਵੀ ਤੁਹਾਡੀ ਜ਼ਮੀਨ ਹੈ ਉਹਦੇ ਬਾਰੇ ਮੈਂ ਡਿਟੇਲ ਕਢਾ ਕੇ ਦੇ ਸਕਦਾ, ਪਰ ਸਭ ਤੋਂ ਜ਼ਰੂਰੀ ਕੰਮ ਕੀ ਹੈ, ਸਰਕਾਰ ਦੇ ਕਿਤਾਬਾਂ 'ਚ ਤੁਹਾਡਾ ਨਾਮ ਸਹੀ ਬੋਲਣਾ ਚਾਹੀਦਾ, ਸਪੈਲਿੰਗ ਸਹੀ ਹੋਣੇ ਚਾਹੀਦੇ ਹੈ, ਤੁਹਾਡੇ ਪਿਤਾ ਜੀ ਦਾ ਨਾਂ ਉਹ 'ਚ ਠੀਕ ਲਿਖਿਆ ਹੋਣਾ ਚਾਹੀਦਾ, ਜੇ ਕੋਈ ਹੋਰ ਭੈਣ ਭਰਾ ਤਾਂ ਉਹਨਾਂ ਦਾ ਨਾਮ ਠੀਕ ਹੋਣਾ ਚਾਹੀਦਾ, ਤੁਹਾਡਾ ਉਹਦੇ ਬਰਾਬਰ ਦਾ ਕੋਈ ਆਈਡੈਂਟੀ ਕਾਰਡ ਅਵੇਲੇਬਲ ਹੋਣਾ ਚਾਹੀਦਾ, ਤੁਹਾਡਾ ਬੈਂਕ ਖਾਤਾ ਉਸੇ ਨਾਂ 'ਤੇ ਖੁੱਲ੍ਹਿਆ ਹੋਣਾ ਚਾਹੀਦਾ, ਔਰ ਤੁਹਾਡੀ ਨਿਸ਼ਾਨਦੇਹੀ ਬਿਲਕੁਲ ਪੱਕੀ ਹੋਣੀ ਚਾਹੀਦੀ ਹੈ, ਇਹਨਾਂ ਚੀਜ਼ਾਂ ਦਾ ਪਹਿਲਾਂ ਤੁਸੀਂ ਧਿਆਨ ਕਰੋ, ਮੁਆਵਜ਼ਾ ਕਿੰਨਾ ਮਿਲਣਾ ਉਹ ਬਾਅਦ ਦੀਆਂ ਗੱਲਾਂ ਨੇ, ਫਿਰ ਉੱਥੋਂ ਹਾਈ ਟੈਂਸ਼ਨ ਕੇਬਲ ਨਿਕਲਦੀ ਹੈ ਰੇਟ ਅਲੱਗ ਹੈ, 11,000 ਕਿਲੋਵਾਟ ਵਾਲੀ ਨਿਕਲਦੀ ਉਹਦਾ ਰੇਟ ਅਲੱਗ ਹੈ, ਬੜੀ ਸਾਰੀ ਚੀਜ਼ਾਂ ਨੇ, ਪਰ ਪਹਿਲਾਂ ਸਭ ਤੋਂ ਥੰਬ ਰੂਲ ਸਾਰੇ ਭੈਣ ਭਰਾਵਾਂ ਨੂੰ ਦੱਸਦਾ ਕਿ ਆਪਣੀ ਮਾਲਕੀ ਕਾਗਜ਼ਾਂ 'ਚ ਸਰਕਾਰ ਦੇ ਕਾਗਜ਼ਾਂ 'ਚ, ਪਰਤ ਪਟਵਾਰ ਅਤੇ ਪਰਤ ਸਰਕਾਰ ਦੋਨਾਂ 'ਚ, ਅਤੇ ਦੂਸਰਾ ਜਿਹੜੀ ਤੁਹਾਡੀ ਫਿਜ਼ੀਕਲ ਪੁਜੈਸ਼ਨ ਹੈ ਉਹਦੇ ਪੂਰੇ ਕਿੱਲੇ ਬੁਰਜੀਆਂ ਪੱਕੀਆਂ ਗੱਡ ਕੇ ਨਿਸ਼ਾਨੇ ਲਾ ਕੇ ਫਿਰ ਤੁਸੀਂ ਜਿਹੜੇ ਮੈਂ ਤੁਹਾਨੂੰ ਕਿਹਾ ਵੀ ਤੁਹਾਡਾ ਬੈਂਕ ਅਕਾਊਂਟ ਔਰ ਬਾਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਉਹਦੇ 'ਤੇ ਧਿਆਨ ਰੱਖੋ, ਅਤੇ ਘੱਟੋ ਘੱਟ ਪੈਸੇ ਸਹੀ ਜਗ੍ਹਾ ਆਉਣਗੇ ਉਹ ਲੜਾਈ ਦੇ ਘੱਟ ਜਾਏਗੀ, ਬਾਕੀ ਜਿਹੜਾ ਮੁਆਵਜ਼ਾ ਮਿਲਣਾ ਉਹ ਆਪਾਂ ਦੇਖਿਆ ਜਾਏਗਾ ਜੀ। ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ। ਸੁਨੀਲ ਜੀ,
ਖਬਰਾਂ ਸੀ ਬਹੁਤ ਸੋਹਣੀਆਂ ਜਦੋਂ ਕਰਤਾਰਪੁਰ ਲਾਂਘਾ ਬਣਿਆ ਸੀ ਨਾ ਉਦੋਂ ਵੀ ਬਹੁਤ ਸਾਰੇ ਕਿਸਾਨਾਂ ਨੇ ਰੋਸ ਜਤਾਇਆ ਸੀ ਕਿ ਸਾੜੀਆਂ ਜਿਹੜੀਆਂ ਅਕਵਾਇਰ ਕਰਵਾਲੀਆਂ ਸੀ ਸਰਕਾਰ ਨੇ ਜ਼ਮੀਨਾਂ ਪਰ ਸਾਨੂੰ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਇੱਥੇ ਵੀ ਸਰਕਾਰ ਦਾ ਥੋੜਾ ਢਿੱਲਾ ਰਹਿੰਦਾ ਕਿ ਇਹ ਅਗਰ ਕੋਈ ਕਿਸਾਨ ਨਹੀਂ ਚਾਹੁੰਦਾ ਵੀ ਅਸੀਂ ਜਿਹੜੀ ਹਾਈਵੇ ਦੇ ਲਈ ਨਹੀਂ ਜ਼ਮੀਨ ਦੇਣੀ ਉਸ ਤੋਂ ਬਾਅਦ ਕੁਝ ਸਰਕਾਰ ਕੁਝ ਕਰ ਸਕਦੀ ਹੈ ਜਾਂ ਕਿਸਾਨ ਕੁਝ ਕਰ ਸਕਦਾ ਦੇਖੋ ਇਸ ਤਰ੍ਹਾਂ ਕਿ ਜਿਹੜਾ ਨੈਸ਼ਨਲ ਲੈਵਲ ਦੀ ਡਿਵੈਲਪਮੈਂਟ ਜਾਂ ਇੰਟਰਨੈਸ਼ਨਲ ਲੈਵਲ ਦੀ ਕੋਈ ਡਿਵੈਲਪਮੈਂਟ ਹੋ ਰਹੀ ਹੈ ਤੁਹਾਨੂੰ ਯਾਦ ਹੋਏਗਾ ਦਿੱਲੀ ਮੈਟਰੋ ਦਾ ਪ੍ਰੋਜੈਕਟ ਕਦੋਂ ਸ਼ੁਰੂ ਹੋਇਆ ਸੀ ਕੁਝ ਯਾਦ ਹੈ ਤੁਹਾਨੂੰ ਕਦੀ ਸੁਣਿਆ ਆਲਮੋਸਟ 1980s ਦੀਆਂ ਗੱਲਾਂ ਇੰਦਰਾ ਗਾਂਧੀ ਦੇ ਟਾਈਮ ਤੇ ਇਹ ਪ੍ਰੋਜੈਕਟ ਬਣਿਆ ਸੀ ਪਲੱਸ ਇਹ ਸਕਸੈਸਫੁਲ ਨਹੀਂ ਸੀ ਹੋ ਪਾ ਰਿਹਾ ਜਦੋਂ ਸਕਸੈਸਫੁਲ ਨਹੀਂ ਸੀ ਹੋ ਪਾ ਰਿਹਾ ਤੇ ਫਿਰ ਲੜਾਈ ਕੀ ਸੀ ਉੱਥੋਂ ਦੇ ਲੋਕਾਂ ਦੀ ਉਹ ਕਹਿੰਦੇ ਵੀ ਸਾਨੂੰ ਤੁਸੀਂ ਉਜਾੜਨਾ ਮੈਂ ਇਸ ਘਰ 'ਚ ਰਹਿਣਾ ਮੈਨੂੰ ਤੁਸੀਂ ਇੱਥੋਂ ਉਜਾੜਨਾ ਮੈਂ ਨਵੀਂ ਜਗ੍ਹਾ ਜਿੱਥੇ ਵੀ ਜਾਊਂਗਾ ਉਹ ਜ਼ੀਰੋ ਤੋਂ ਸ਼ੁਰੂ ਕਰੂੰਗਾ ਜ਼ਿੰਦਗੀ ਘਰ ਬਣਾਉਣ 'ਚ ਸਾਲ ਦੋ ਸਾਲ ਲੱਗਣਗੇ ਮੇਰੀ ਰੀਹੈਬਿਲੀਟੇਸ਼ਨ ਹੈ ਪਲੱਸ ਸਰਕਾਰ ਦਾ ਮੁੱਲ ਕਾਗਜ਼ਾਂ 'ਚ ਹੁੰਦਾ 10,000 ਰੁਪਏ ਗਜ਼ ਪ੍ਰੈਕਟੀਕਲੀ ਉੱਥੇ ਮੁੱਲ ਹੁੰਦਾ 1,00,000 ਰੁਪਏ ਗਜ਼ ਸੋ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲੀ ਗੱਲ ਮਾਰਕੀਟ ਵੈਲਿਊ ਨੂੰ ਕੰਸਿਡਰ ਕੀਤਾ ਜਾਵੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਉਹਦਾ ਇੰਟਰਸਟ ਦਿੱਤਾ ਜਾਵੇ ਪਲੱਸ ਰੀਹੈਬਿਲੀਟੇਸ਼ਨ ਵਾਸਤੇ ਜਿਹੜਾ ਉਜਾੜ ਕੇ ਦੂਜੀ ਜਗ੍ਹਾ ਵਸਣਾ ਉਹਦਾ ਕੋਈ ਮੁਆਵਜ਼ਾ ਫਿਕਸ ਕੀਤਾ ਜਾਵੇ ਤੇ ਉਹਨਾਂ ਨੇ ਇੱਕ ਬੜਾ ਸੋਹਣਾ ਟੇਬਲ ਬਣਾਇਆ ਉਹ ਮੈਂ ਯਾਦ ਕਰਾਉਣਾ ਮੈਨੂੰ ਵੀ ਮੈਂ ਉਹਦੀ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੀ ਉਹ ਮੈਂ ਲਿਖ ਵੀ ਰਿਹਾ ਸੁਪਰੀਮ ਕੋਰਟ ਦਾ ਉਹ ਐਕਟ ਮੈਂ ਉਹ ਜੱਜਮੈਂਟ ਕਢਾਵਾਂਗਾ ਅਗਲੀ ਵਾਰੀ ਉਹਦੇ 'ਤੇ ਡਿਸਕਸ਼ਨ ਕਰ ਲਾਂਗੇ ਬੇਸ਼ੱਕ ਤੇ ਉਹਦੇ ਮੁਤਾਬਕ ਉਹਨਾਂ ਨੇ ਫਿਰ ਕਿਹਾ ਵੀ ਜਿੱਥੇ ਵੀ ਤੁਹਾਨੂੰ ਮਾਸਟਰ ਪਲਾਨ ਮੁਤਾਬਕ ਨਕਸ਼ਾ ਹੁੰਦਾ ਔਰ ਜਿੱਥੇ ਜਿੱਥੇ ਤੁਹਾਡੀ ਉਹ ਰੂਟ ਨਿਕਲਦਾ ਉਹਦੇ ਵਿੱਚ 10% ਦੀ ਡਿਵੀਏਸ਼ਨ ਦਿੱਤੀ ਕਿ ਮੰਨ ਲਓ ਇਸ ਜਗ੍ਹਾ 'ਤੇ ਸਟੇਸ਼ਨ ਬਣਨਾ ਤਾਂ 10% ਗਾਂਹ ਜਾਂ 10% ਪਿਛਾਂ ਇੱਧਰ ਜਾਂ ਇੱਧਰ ਉਹ ਤੁਸੀਂ ਕਰ ਸਕਦੇ ਹੋ ਕੀਪਿੰਗ ਇਨ ਵਿਊ ਮੰਨ ਲਓ ਉੱਥੇ ਕੋਈ ਮੰਦਿਰ ਜਾਂ ਗੁਰਦੁਆਰਾ ਬਹੁਤ ਪੁਰਾਣਾ ਬਣਿਆ ਰਾਈਟ ਉਹਦੇ ਨਾਲ ਬੜੇ ਲੋਕਾਂ ਦੀ ਆਸਥਾ ਜੁੜੀ ਹੈ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੈ ਉਹਨੂੰ ਨਾ ਗਿਰਾਇਆ ਜਾਵੇ ਠੀਕ ਹੈ ਨਾ ਉਹਨੂੰ ਨਾ ਖਰਾਬ ਕੀਤਾ ਜਾਵੇ ਕੋਈ ਵੀ ਚੀਜ਼ ਹੋ ਸਕਦੀ ਹੈ ਕੋਈ ਵੀ ਐਸੀ ਜਗ੍ਹਾ ਸੋ ਉਹਦੇ ਮੁਤਾਬਕ ਫਿਰ ਉਹ ਸੈਟਲਮੈਂਟ ਕੀਤੀ ਗਈ ਅਤੇ ਮਾਨਯੋਗ ਸੁਪਰੀਮ ਕੋਰਟ ਨੇ ਉਹ ਅਥਾਰਟੀਆਂ ਦਿੱਤੀਆਂ ਉਹਦੇ ਮੁਤਾਬਕ ਔਰ ਇੱਕ ਕਮੇਟੀ ਪ੍ਰੋਪਰ ਬਣਾਈ ਗਈ ਜਿਹੜੀ ਜਿਹਨੂੰ ਆਪਾਂ ਕਹਾਂਗੇ ਸਿੱਟ ਟਾਈਪ ਟੈਕਨੀਕਲ ਕਮੇਟੀ ਜਿਹਦੇ ਕੋਲੋਂ ਉਹ ਰੂਟ ਪ੍ਰੂਵ ਹੁੰਦਾ ਸੀ ਪ੍ਰੂਵ ਹੋਣ ਤੋਂ ਬਾਅਦ ਮੰਨ ਲਓ ਉੱਥੇ ਥੀਏਟਰ ਆਇਆ ਅਤੇ ਥੀਏਟਰ ਨੂੰ ਉੱਥੋਂ ਢਾਇਆ ਗਿਆ ਉੱਥੇ ਰੇਲਵੇ ਸਟੇਸ਼ਨ ਬਣਾਇਆ ਗਿਆ ਇਸੇ ਤਰ੍ਹਾਂ ਬਸ ਧੀਰੇ 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 ਔਰ ਉਹਨਾਂ ਨੂੰ ਉਹਦੇ ਪ੍ਰੋਪਰ ਮੁਆਵਜ਼ੇ ਦਿੱਤੇ ਗਏ ਪਰ ਸੁਨੀਲ ਜੀ ਫਰਕ ਤਾਂ ਪੈਂਦਾ ਹੀ ਹੋਊਗਾ ਕਿਉਂਕਿ ਇੱਕ ਬੰਦਾ ਜਿਵੇਂ ਉਸ ਜ਼ਮੀਨ 'ਤੇ ਉਹਦੀ ਫੈਕਟਰੀ ਲੱਗੀ ਆ ਅੱਗੇ ਹੁਣ ਨਵੀਂ ਜਗ੍ਹਾ 'ਤੇ ਸ਼ਿਫਟ ਕਰਨਾ ਜ਼ਮੀਨ ਲੈਣੀ ਹੈ ਮਸ਼ੀਨਾਂ ਕਰਨੀਆਂ ਸਾਰਾ ਸੈਟਅਪ ਕਰਨਾ ਫਰਕ ਤਾਂ ਪੈਂਦਾ ਹੋਣਾ ਦੇਖੋ ਮੈਡਮ ਇਸ ਤਰ੍ਹਾਂ ਜੀ ਕਿ ਜਦੋਂ ਉਹਦੇ ਬਦਲੇ ਤੁਹਾਨੂੰ ਪ੍ਰੋਪਰ ਮੁਆਵਜ਼ਾ ਮਿਲ ਜੇ ਔਰ ਜੋ ਮਾਰਕੀਟ ਵੈਲਿਊ ਉਸ ਤੋਂ ਬੈਟਰ ਮਿਲ ਜਾਵੇ ਤਾਂ ਆਈ ਥਿੰਕ ਕੰਟਰੀ ਦੀ ਡਿਵੈਲਪਮੈਂਟ ਦੇ ਅੱਗੇ ਉਹ ਵਾਲਾ ਫਰਕ ਬੜਾ ਛੋਟਾ ਰਹਿ ਜਾਏਗਾ ਹੁਣ ਅੱਜ ਦਿੱਲੀ ਮੈਟਰੋ ਨਾ ਹੋਵੇ ਤਾਂ ਦਿੱਲੀ ਦੀਆਂ ਸੜਕਾਂ 'ਤੇ ਤੁਸੀਂ ਕਦੀ ਸਫ਼ਰ ਨਹੀਂ ਸੀ ਕਰ ਸਕਦੇ ਜੇ ਉੱਥੇ ਟ੍ਰੈਫਿਕ ਘਟੀ ਹੈ ਉਹ ਡਿਵੈਲਪਮੈਂਟ ਕਰਕੇ ਹੀ ਘਟੀ ਹੈ ਔਰ ਇਸੇ ਤਰ੍ਹਾਂ ਮੰਨ ਲਓ ਆਪਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜੇ ਗੱਲ ਕਰੀਏ ਉੱਥੇ ਕਿਸਾਨਾਂ ਦਾ ਮੁੱਦਾ ਇਹ ਨਹੀਂ ਸੀ ਕਿ ਮੇਰੀ ਜ਼ਮੀਨ ਐਕਵਾਇਰ ਕਿਉਂ ਕਰ ਰਹੇ ਹੋ ਕਹਿੰਦੇ ਮੁੱਲ ਪੂਰਾ ਦਿਓ ਸਾਨੂੰ ਮੁੱਲ ਪੂਰੇ ਦੀ ਲੜਾਈ ਸੀ ਤੇ ਮੁੱਲ ਪੂਰਾ ਜਦੋਂ ਮਿਲੇਗਾ ਤੇ ਕਿਸੇ ਨੂੰ ਕੀ ਇਤਰਾਜ਼ ਹੈ ਬਿਲਕੁਲ ਦੇਖੋ ਨਾ ਇੱਕ ਜ਼ਮੀਨ ਮੇਰੇ ਬਿਲਕੁਲ ਘਰ ਦੇ ਵਿੱਚ ਨਾਲ ਹੈ ਮੈਂ ਕੋਠੇ ਚੜ੍ਹਦਾ ਤੇ ਮੈਨੂੰ ਸਾਰੀ ਜ਼ਮੀਨ ਵੇਖਦੀ ਹੈ ਇੱਕ ਜ਼ਮੀਨ ਮੈਨੂੰ 10 ਕਿਲੋਮੀਟਰ ਦੂਰ ਜਾ ਕੇ ਲੈਣੀ ਪਏਗੀ ਕਿਉਂਕਿ ਜੇ ਉੱਥੋਂ ਲਾਂਘਾ ਲੰਘਿਆ ਤੇ ਬਾਕੀ ਜ਼ਮੀਨਾਂ ਦਾ ਮੁੱਲ ਵੱਧ ਗਿਆ ਬਾਕੀ ਪ੍ਰੋਪਰਟੀਆਂ ਦਾ ਮੁੱਲ ਵੱਧ ਗਿਆ ਤੇ ਉਹਨੇ ਪੈਸੇ 'ਚ ਉਹਨੂੰ ਕਿਤੇ ਦੂਰ ਲੈਣੀ ਪਏਗੀ ਕੱਲ੍ਹ ਨੂੰ ਰੀਹੈਬਿਲੀਟੇਟ ਸਭ ਕੁਝ ਹੋਣਾ ਪਏਗਾ ਉਹਦੇ ਮੁਤਾਬਕ ਫਿਰ ਮੁਆਵਜ਼ਾ ਜਿਹੜਾ ਵੀ ਹੈ ਉਸ ਨੈਸ਼ਨਲ ਹਾਈਵੇ ਐਕਟ ਦੇ ਅੰਡਰ ਜੋ ਪ੍ਰੋਵੀਜ਼ਨ ਸੀਗੀਆਂ ਉਹਦੇ ਮੁਤਾਬਕ ਉਹ ਮੁਆਵਜ਼ੇ ਮਿਲੇ ਨੇ ਮਿਲ ਗਏ ਨੇ ਕੁਝ ਮਿਲ ਰਹੇ ਨੇ ਇੱਕ ਮੈਂ ਸਵਾਲ ਕਰੂੰਗੀ ਤੁਸੀਂ ਧਾਰਮਿਕ ਸਥਾਨਾਂ ਦੀ ਗੱਲ ਕੀਤੀ ਆ ਬਲੂੜ ਦੇ ਵਿੱਚ ਵੀ ਇੱਕ ਮੇਰਾ ਤਾਂ ਬਣਿਆ ਬੰਨੋ ਦੇਵੀ ਤੇ ਇੱਕ ਤੁਸੀਂ ਮੋਹਾਲੀ ਜਾਂਦੇ ਆ ਉੱਥੇ ਵੀ ਇੱਕ ਸਥਾਨ ਬਣਿਆ ਹੋਇਆ ਉਹਨਾਂ ਸਥਾਨਾਂ ਨੂੰ ਛੱਡ ਕੇ ਉੱਥੇ ਇੱਕ ਹਾਈਵੇ ਕੱਢਿਆ ਹੋਇਆ ਇਹਦੇ ਲਈ ਲੋਕਾਂ ਨੂੰ ਫਿਰ ਸਰਕਾਰ ਨੂੰ ਕਹਿਣਾ ਪੈਂਦਾ ਕਿ ਅਸੀਂ ਸਾਡਾ ਧਾਰਮਿਕ ਸਥਾਨ ਹੈ ਅਸੀਂ ਤੁਸੀਂ ਹਟਾ ਨਹੀਂ ਸਕਦੇ ਇਹਨਾਂ ਇੱਦਾਂ ਹੈ ਧਾਰਮਿਕ ਸਥਾਨਾਂ ਬਾਰੇ ਵੀ ਪੂਰੀ ਕਲੀਅਰ ਗੱਲ ਦੱਸ ਦਿੰਦਾ ਕਿ ਉਹਦਾ ਪਿਛੋਕੜ ਜਾਣਿਆ ਜਾਂਦਾ ਹੈ ਓਕੇ ਵੀ ਉਹਦੇ ਪਿਛੋਕੜ 'ਚ ਪਲੱਸ ਉੱਥੋਂ ਦੇ ਫੋਲੋਅਰਸ ਕਿੰਨੇ ਨੇ ਕਿਆ ਇਹ ਕਿਸੇ ਚੰਗੇ ਪਰਪਜ਼ ਲਈ ਬਣਾਇਆ ਗਿਆ ਸੀ ਕਿਆ ਕਿਸੇ ਗਲਤ ਪਰਪਜ਼ ਲਈ ਬਣਾਇਆ ਗਿਆ ਸੀ ਇਹੋ ਜਿਹੇ ਮੈਂ ਗੱਲ ਕਰਾਂ ਤਾਂ ਅੰਮ੍ਰਿਤਸਰ ਇੱਕ ਮਜ਼ਾਰ ਵੀ ਸੀ ਅੰਮ੍ਰਿਤਸਰ ਬਾਈਪਾਸ 'ਤੇ ਤਾਰਾਂ ਵਾਲੇ ਪੁਲ 'ਤੇ ਉਹ ਮਜ਼ਾਰ ਫੈਲਦੀ ਹਾਈ ਮਤਲਬ ਆਪਣੇ ਹਾਈਵੇ ਤੱਕ ਆ ਚੁੱਕੀ ਸੀ ਪੁਰਾਣੇ ਹਾਈਵੇ ਤੱਕ ਫਿਰ ਜਦੋਂ ਉਹਦੇ ਬਾਰੇ ਚੈੱਕ ਕੀਤਾ ਗਿਆ ਅਤੇ ਫਿਰ ਜਿੱਥੇ ਮਜ਼ਾਰ ਸੀ ਉਸੇ ਜਗ੍ਹਾ 'ਤੇ ਰਹਿਣ ਦਿੱਤੀ ਬਾਕੀ ਜਿਹੜੀ ਹਾਈਵੇ ਦੀ ਜਗ੍ਹਾ ਸੀ ਉਹਨੂੰ ਵਾਪਸ ਮਿਲ ਗਈ ਔਰ ਉਹਦਾ ਫੇਸ ਦੂਜੇ ਪਾਸਿਓਂ ਕਰ ਦਿੱਤਾ ਗਿਆ ਇਸੇ ਤਰ੍ਹਾਂ ਚੰਡੀਗੜ੍ਹ 'ਚ ਵੀ ਕਈ ਡਿਵੈਲਪਮੈਂਟ ਹੋਈਆਂ ਜਿੱਥੇ ਕੁਛ ਇੱਦਾਂ ਦੇ ਅਦਾਰੇ ਬਣੇ ਸੀਗੇ ਜਿਨ੍ਹਾਂ ਦਾ ਪਿੱਛੇ ਕੋਈ ਨਾਮੋ ਨਿਸ਼ਾਨ ਨਹੀਂ ਸੀ ਮੰਨ ਲਓ ਪਿਛਲੇ 10-15 ਸਾਲ ਤੋਂ ਇੱਕ ਬੰਦੇ ਨੇ ਦੋ ਇੱਟਾਂ ਲਾ ਕੇ ਬਹਿ ਗਿਆ
राइट खाली जगह वेख के उदों के लोग उदों की सरकारी बंद ने उन्होंने इतराज नहीं जताया पर यहोजे बंद कंसैशन थोड़ी मिली है जिन्हों ने इस मोटिव नाल कि कल एक्वायर होगी तो मैं पैसे मिलने एक्वायर के पैसे तो उन्होंने मिलने जो वो कोई मालकी है या कोई कंसैशन कि ठीक है जी ताकि असी जगह घट कर दें हाईवे का काम भी बचे थोड़ा काम भी बचे सो इस तरह दिल्ली तक जो सिक्स लेन बनी है तुम कभी बचपन से कितने ट्रैवल किया हो छोटे छोटे यहोजे धार्मिक स्थान बने होंगे जिन्हों की कोई पूछने वाला नहीं बस एक बंदा आया तो उत्थे दीवा जगा गया तो कोई भी दो फोटो ला गया सो दैट इज़ नॉट ए राइट वे वो देखा जाता भी यदि पुरान मतलब कितना पुराना है और यदि की महत्वता है किन्ने लोग आते ने उदे मुताबक उदी मतलब सर्वे चों कढ़िया जाता क्योंकि हर पंजा साल बाद एक सरकारी दस्तावेज बनता है भी कित्थे की बनया होया है लैंडमार्क जिन्हों कह लो चाहे वह दरगाह बनी है या मंदिर बने गुरुद्वारा पार्क कुछ भी चीज़ जी पब्लिक यूटिलिटी सर्विस है फिर उन्होंने चीज़ों की निशानियाँ लगदिया रहिंदियां सरकारी किताबों उदे मुताबक उदी पुराना पन मान लो अज मैं कहना मेरी जमीन एक्वायर हो जाए मान लो मैनू चिट्ठी आ जाए तो मैं उत्थे थोड़ी लिख के दे सकता उत्थे मेरा बदामा का बाग है जी डेफिनेटली वो बदामा का बाग मेरे तो पहला ईयरमार्क हो चुका कित्थे बंबी लगी है वो ईयरमार्क हो चुका है वो सारा कुछ उतों का कितों बिजली की तार लंघती है कितों सड़क किधर नूं मुड़दी है किन्ने फुट की सड़क है फिर सरकार सुनील जी भी देखती होगी अगर बदामा का बाग चकना तो लॉस कितना होगा उस हिसाब से फिर मुआवजा होगा मुआवजा डेफिनेटली जी उसे सफेदा लगा उस हिसाब का मुकाबला अंबा का बाग है उस हिसाब का मुआवजा है जो कोई होर है तो उस हिसाब का मुआवजा है मुआवजा तो एज पर प्रायोरिटी जी वकील साहब एक और सवाल है मेरे एक दोस्त का ही सवाल उन्होंने अगर कहा वकील साहब जरूर पूछो करनाल दे विच उन्होंने एक घर है जद्दी घर है आके हुण खुद चंडीगढ़ शिफ्ट हो गए ने पिछो एक किसी व्यक्ति उन्होंने देता से पिंड दे नूं कि तुसी बैठ जा भी सांभ लूगा साडा घर उस तो बाद हौली हौली उस बंदे ने कब्जा कर लिया उस तो बाद एक ना आरजी तौर पर एक कागज़ के उपर लिख के देता सीगा वह कहें भी सानू परेशानी आती है वह इंसान कहता भी तुम एक बार लिख के दे दो भी मैं इतने रह सकदा एक आरजी तौर पर उन्होंने लिख के देता उस तो बाद उत्थे सरपंच ने पंचायत ने भी जी उ मोहर लाती सी जा जो भी साइन वगैरह करते सन हुण वह जिहड़े आ कब्जा उत्ते हो गया तो हुण परिवार चाहुंदा उत्थे जाण वास्ते तो बंदा जिहड़ा हैगा वह छड्ड नहीं रहा की प्रोसैस होगा उस घर दे उपर जिहड़ा कब्जा देखो लसेंसी इहनूं कहिंदे आपां लसेंसी बंदा कि असीं रहिण दा लसेंस दित्ता रहि लै ते रहिण दा लसेंस अज मैं रिवोक कर लैणा मैं कोई पटा थोड़ी लिख के दिता है तो सब तो पहला तो नोटिस देना पेगा कि जिन्होंने रहन का लसेंस जो दिता असी रिवोक कर दें तो तेन 15 दिन का महीने का टाइम देने खाली कर जे नहीं खाली करता तो तेरे हूँ देखो इतने मैं आके फिर समझा इतने किसी वकील को सलाह लीती होंगी उस फाइन दियाँ कलॉज पाई होंगे कि जे तू अज असी तेन रहन की इजाजत दें जिद तू बिजली पानी का बिल देगा किराया असं तेन दे नहीं रहे ना तू सा किराएदार है तू सा सिर्फ लसेंसी है ठीक तो जिदन तेन असं खाली करने कहे तू खाली नहीं करेगा तो तेरे को 10 लाख रुपया मुआवजा लिया जाएगा तेरे को यह लिया जाएगा ए बी सी राइट तो आप जो शर्त प्रोपर पाइया होंगे लसेंस एग्रीमेंट प्रोपर तरीके किया हों तो अज डेफिनेटली सरकार की मदद लैके भांडे टिंडे चुका के बाहर सुटा देने आरजी तौर पर उन्होंने एक दिता से कागज़ ते कोई गल नहीं जी पढ़ना पेगा मैं टैक्नीकली पर अदरवाइज लसेंसी लसेंस ही कहेंगे असं उन्होंने जे किराएदार की टर्म लिखी है तो कि किराया लिखा जो वैसे आरजी तौर पर रहने दिता है तो जो है ही आरजी तौर पर प्लस जो भी तुम किसी अपना घर या कोई जगह किराए से दो 100% नहीं देनी एक कमरा अपने को रखो और वो लिखो कि मैं जो मेरा जी करेगा मैं इस कमरे च आ जा सकता इतों की बत्ती बाल सकता ये कर सकता वो कर सकता अपना 100% कब्जा किसी ना दो राइट बिल्कुल जी तुसी किराए ते किसी नूं घर देना तुसी बाहर रह रहे हो तो एक कमरा जरूर रखो थोड़ा बहुत जगह समान रखना समान रखो क्योंकि कल नूं ए ना होवे जिस बंदे दा तुसी कहंदे ना मुश्किल समय उहदी सहायता कीती है उहनूं रहण दे लई छत दित्ती है जगह दित्ती है तो उही ना होवे कितें उह तुहाडे घर दे उपर कब्जा कर ले एनराइज दी गल चल रही सी वकील साहब हुण एनराइज ने बाहर रह रहे ने परिवार थोड़ा बहुत पिछे भारत दे विच रह रहे पंजाब च रह रहे जमीन की वंड करवानी गलां ध्यान रखना चाहिए सब देखो जमीन सब तो पहला तो यह देखना पेगा भी जमीन पेरेंट्स वालों आई है अगे भरावान च वंडनी है या उदा क्राइटीरिया की है तो आप पहला मुद्दा डिस्कस करते हैं कि पेरेंट्स विच आई है उदे विच मान लो अमर इंडिया का भरा कॉल आई मैं ख्याल पहला कॉल लईए हैलो हाँ जी भाजी सत श्री अकाल जी सत श्री अकाल जी
सुनील मिलन एडवोकेट ही बोल रहे हैं जी। थैंक यू सो मच सर, मैं जगजीत सिंह मेरा नाम है जी, ते मैं ब्रैम्पटन तो बोल रहा जी। जी जगजीत जी, ते मेरा सर छोटे जे क्लैरिफिकेशन सीगी, जिदा तुहानू शायद पता होना जी भई अंसल ग्रुप है जेड़ा उन्होंने जी एक इत्थे मोहाली दे विच बहुत सारे प्रोजेक्ट बरा बनाए सीगे जी। जी 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 बिलकुल जी, मेरा ख्याल है जी उन्होंने अपनी कुड़की कढ़ दित्ती है जी। हां जी, ਭਾਜੀ ਉਹਨਾਂ ਸਾਡਾ ਇੱਕ ਬੇਟੀ ਦਾ ਫਲੈਟ ਸੀਗਾ ਜੀ ਉੱਥੇ 115 ਸੈਕਟਰ ਦੇ ਵਿੱਚ, ਉਹ ਜਿਹੜੀ ਲਾਂਡਰਾ ਰੋਡ ਹੈ ਉਹਦੇ। ਹਾਂਜੀ ਹਾਂਜੀ ਹਾਂਜੀ, ਹੁਣ ਉਹਦੀ ਉਹਦੀ ਭਾਜੀ ਰਜਿਸਟਰੀ ਕਰਾਉਣ ਲੱਗੇ ਸੀਗੇ ਤਾਂ ਉਹ ਕਹਿੰਦੇ ਜੀ ਭਈ ਰਜਿਸਟਰੀਆਂ ਨਹੀਂ ਹੋ ਸਕਦੀਆਂ ਕਿਉਂਕਿ ਉਹਨਾਂ ਨੇ ਕੁੜਕੀ ਕੱਢ ਦਿੱਤੀ ਹੈ ਤੇ ਆਰਬਿਟ੍ਰੇਟਰ ਅਪੁਆਇੰਟ ਕਰ ਦਿੱਤਾ ਜੀ। ਜੀ ਆਰਬਿਟ੍ਰੇਟਰ ਪਤਾ ਲੱਗਾ ਜੀ ਭਈ ਉਹ ਦਿੱਲੀ ਬੈਂਦਾ ਹੈ ਜੀ, ਉਹਨਾਂ ਦਾ ਨਾਲ ਉਹਨਾਂ ਨੇ ਅੰਸਰ ਵਾਲਿਆਂ ਨੇ ਉਹਦਾ ਫੋਨ ਨੰਬਰ ਦਿੱਤਾ, ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਜੀ ਭਈ ਹੋਰ ਤਾਂ ਕਿਸੇ ਦੀ ਰਿਕੁਐਸਟ ਹੈ ਨਹੀਂ, ਤੁਹਾਡੀ ਰਿਕੁਐਸਟ ਹੈ ਤੇ ਅਸੀਂ ਆਰਬਿਟ੍ਰੇਟਰ ਦਾ ਆਪਣਾ ਰੈਪ ਭੇਜਾਂਗੇ ਤੇ ਖਰਚਾ ਤੁਹਾਨੂੰ ਚੱਕਣਾ ਪਏਗਾ ਉਹਦਾ। ਨਹੀਂ ਸਰ, ਮੈਂ ਇੱਕ ਜ਼ਰੂਰੀ ਬਿਲਕੁਲ, ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ, ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ, ਇਹਦੇ ਬਾਰੇ ਤੁਹਾਨੂੰ ਮੈਂ ਪ੍ਰੋਪਰ ਜਾਣਕਾਰੀ ਪਹਿਲਾਂ ਤਾਂ ਦੇਣਾ ਚਾਹਾਂ, ਤੁਸੀਂ ਮੇਰਾ ਨਾਲ ਨਾਲ ਸੁਣੀ ਜਾਓ, ਇੱਕ ਇੱਕ ਸਟੈਪ 'ਚ ਜਵਾਬ ਦੇਣਾ। ਸਭ ਤੋਂ ਪਹਿਲਾਂ ਜਦੋਂ ਵੀ ਕੋਈ ਵੀ ਪ੍ਰੋਪਰਟੀ ਡੀਲਰ ਸੋਰੀ ਬਿਲਡਰ ਆਪਣੇ ਆਪ ਨੂੰ ਕੁਰਕੀ ਕਢਾਉਂਦਾ ਹੈ ਤਾਂ ਉਹ ਆਪਣਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ NCLT ਕਹਿੰਦੇ ਨੇ ਉਹਨੂੰ, NCLT ਉਹਦੇ ਵਿੱਚ ਜਾਂਦਾ ਅਤੇ ਆਪਣੇ ਬਾਰੇ ਦੱਸਦਾ ਕਿ ਮੈਨੂੰ ਮੇਰੀ ਕੁਰਕੀ ਕਰਤੀ ਜਾਵੇ। ਪਰ ਉਸ ਤੋਂ ਪਹਿਲਾਂ ਜਿਹੜਾ ਤੁਹਾਡੇ ਨਾਲ ਐਗਰੀਮੈਂਟ ਹੋਇਆ ਹੁੰਦਾ ਉਸ ਐਗਰੀਮੈਂਟ ਦੇ ਬੇਸ 'ਤੇ ਕਲਾਇੰਟ ਜਿਹੜਾ ਹੈ ਜਿਨ੍ਹਾਂ ਨੇ ਮਕਾਨ, ਜਿਵੇਂ ਤੁਹਾਡੀ ਬੇਟੀ ਨੇ ਮਕਾਨ ਖਰੀਦਿਆ, ਅਤੇ ਉਹ ਕੰਜ਼ਿਊਮਰ ਕੋਰਟ ਵਿੱਚ ਜਾ ਸਕਦੇ ਨੇ। ਸਭ ਤੋਂ ਪਹਿਲਾ ਸਟੈਪ ਹੁੰਦਾ ਤੁਸੀਂ ਉਹਦੇ ਕੋਲ ਪੁਜੈਸ਼ਨ ਮੰਗਣੀ ਹੈ, ਨੰਬਰ 1, ਨੰਬਰ 2 ਤੇ ਤੁਸੀਂ ਨੋਟਿਸ ਦੇਣਾ ਵਕੀਲ ਸਾਹਿਬ ਵੱਲੋਂ, ਤੇ 3 ਨੰਬਰ ਤੇ ਤੁਸੀਂ ਕੰਜ਼ਿਊਮਰ ਕੋਰਟ 'ਚ ਜਾ ਸਕਦੇ ਹੋ। ਜਦੋਂ ਤੁਸੀਂ ਕੰਜ਼ਿਊਮਰ ਕੋਰਟ ਜਾਂਦੇ ਹੋ, ਡੈਫੀਨੇਟਲੀ ਜਿਹੜੀ ਜਿਵੇਂ ਆਂਸਲ ਵਾਲੀ ਪਾਰਟੀ ਹੈ ਉਹ ਆ ਕੇ ਉੱਥੇ ਰਿਪਲਾਈ ਦੇਗੀ ਤੇ ਕਹੇਗੀ ਸਾਡਾ ਮਾਮਲਾ NCLT ਵਿੱਚ ਪੈਂਡਿੰਗ ਚੱਲ ਰਿਹਾ। ਪੈਂਡਿੰਗ ਚੱਲ ਰਿਹਾ, ਸੁਣੋ ਸੁਣੋ ਸੁਣੋ, ਮੈਂ ਬੜੀ ਇੰਪੋਰਟੈਂਟ ਗੱਲ ਦੱਸਣ ਲੱਗਾ, ਬੜੇ ਧਿਆਨ ਨਾਲ ਸੁਣਨਾ ਤੁਸੀਂ। ਦੇਖੋ ਇੱਕ ਪ੍ਰੋਪਰਟੀ ਹੈ ਉਹਦੇ ਵਿੱਚ ਮੰਨ ਲਓ 1000 ਬੰਦਾ ਹੈ, ਠੀਕ ਹੈ ਜੀ। ਉਸ 1000 ਬੰਦੇ ਵਿੱਚੋਂ ਕਲੇਮ ਕਿੰਨਿਆਂ ਨੇ ਕੀਤਾ, ਮੰਨ ਲਓ 50 ਬੰਦਿਆਂ ਨੇ ਕਲੇਮ ਕੀਤਾ, ਅਤੇ ਜਦੋਂ ਉਹਦੀ ਪ੍ਰੋਪਰਟੀ ਵੇਖ ਕੇ ਉਹ 50 ਬੰਦਿਆਂ 'ਚ ਡਿਸਟ੍ਰੀਬਿਊਟ ਤਾਂ ਹੋਏਗੀ, ਜਿਹੜਾ ਸਰਪਲਸ ਪੈਸਾ ਸਰਕਾਰ ਕੋਲ ਪਿਆ ਰਹੇਗਾ। ਇਹੋ ਹੀ ਜੇ ਤੁਸੀਂ ਕਲੇਮ ਦੀ ਲਿਸਟ ਵਿੱਚ ਹੀ ਨਹੀਂ ਹੋ, ਚਾਹੇ NCLT 'ਚ ਜਾ ਕੇ ਪਾਰਟੀ ਬਣੋ, ਜੇ ਉਹ ਸੁਪਰੀਮ ਕੋਰਟ ਗਈ ਹੈ ਪਾਰਟੀ ਦੇ, ਸੁਪਰੀਮ ਕੋਰਟ 'ਚ ਰਿਕੁਐਸਟ ਪਾਓ ਕਿ ਮੇਰਾ ਵੀ ਇਹ 'ਚ ਪਲੋਟ ਹੈਗਾ, ਮੈਨੂੰ ਵੀ ਕੰਸਿਡਰ ਕੀਤਾ ਜਾਵੇ ਅਤੇ ਇੰਨੇ ਰੁਪਈਏ ਮੈਂ ਦੇ ਚੁੱਕਾ ਵਾਂ, ਜਾਂ ਕੰਜ਼ਿਊਮਰ 'ਚ ਜਾਓ, ਕਿਸੇ ਨਾ ਕਿਸੇ ਕੋਰਟ 'ਚ ਜਾ ਕੇ ਆਪਣੀ ਮਾਲਕੀ ਦਾ ਦਰਵਾਜ਼ਾ ਖੜਕਾਓ ਕਿ ਮੇਰੇ ਕੋਲ ਆਂਸਲ ਵਾਲੇ ਪ੍ਰੋਪਰਟੀ ਲੈ ਚੁੱਕੇ ਨੇ। ਹੁਣੇ ਪਿੱਛੇ ਪਰਸ਼ਵਨਾਥ ਬਿਲਡਰ ਨਾਲ ਕੇਸ ਲੜਿਆ ਮੈਂ, ਜਿਹਦੇ ਵਿੱਚ ਮੇਰੇ ਕਲਾਇੰਟ ਨੇ ਆਲਮੋਸਟ ਸਾਰੀ ਪੇਮੈਂਟ ਕਰਤੀ ਸੀ, ਔਰ ਉਹਨਾਂ ਨੂੰ 2012 'ਚ ਫਾਈਨਲ ਪੇਮੈਂਟ ਤੋਂ ਬਾਅਦ ਹੁਣ ਮੈਂ 9% ਵਿਆਜ ਨਾਲ ਪੈਸਾ ਵਾ, ਉਹਨੇ ਵੀ ਆਪਣੀ ਕੁਰਕੀ ਸਾਬਤ ਕਰਤੀ, ਮੈਂ ਕੁਰਕੀ ਹੋ ਗਿਆ। ਅਸੀਂ ਕਿਹਾ ਠੀਕ ਹੈ, ਇਹਨੇ ਕੁਰਕੀ ਕੀਤੀ, ਪੈਸਾ ਤਾਂ ਇਹਨੇ ਲਿਆ ਨਾ ਜੀ, 9% ਵਿਆਜ ਨਾਲ ਉਸ ਬੰਦੇ ਨੂੰ ਉਹ ਪੈਸਾ ਦੇਣਾ ਪੈਣਾ ਜਿਹੜਾ ਕਿ ਲਗਭਗ 30-35 ਲੱਖ ਰੁਪਇਆ ਬਣਦਾ ਹੈ। ਸੋ ਸਟੈਪ ਬੜਾ ਇੰਪੋਰਟੈਂਟ ਹੈ, ਤੁਸੀਂ ਸਭ ਤੋਂ ਪਹਿਲਾਂ ਹਿੱਸੇਦਾਰ ਬਣੋ, ਉਹ ਕਾਗਜ਼ ਦੇਖਣੇ ਪੈਣਗੇ, ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਤੁਹਾਡਾ ਕੀ ਰੋਲ ਹੈ ਇਸ ਵੇਲੇ, ਕਿੱਥੇ ਬੈਠੇ ਹੋ। ਹੁਣ ਦੂਜਾ ਸਵਾਲ ਆ ਗਿਆ ਜੀ ਆਰਬਿਟ੍ਰੇਟਰ ਦਾ। ਆਰਬਿਟ੍ਰੇਟਰ ਵਾਸਤੇ ਮਾਨਯੋਗ ਸੁਪਰੀਮ ਕੋਰਟ ਨੇ ਬੜੀਆਂ ਕਲੀਅਰ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ ਕਿ ਜਦੋਂ ਵੀ ਆਰਬਿਟ੍ਰੇਟਰ ਅਪੁਆਇੰਟ ਹੋਏਗਾ ਉਹ ਦੋਨਾਂ ਪਾਰਟੀਆਂ ਦੀ ਮਰਜ਼ੀ ਨਾਲ ਅਪੁਆਇੰਟ ਹੋਏਗਾ। ਹੂ ਇਜ਼ ਆਰਬਿਟ੍ਰੇਟਰ, ਆਪਾਂ ਇਹ ਵੀ ਪਹਿਲਾਂ ਕਾਲ ਲੈ ਲਈਏ, ਫਿਰ ਪਿਛਲੀ ਗੱਲ ਦਾ ਵੀ ਜਵਾਬ ਦਿੰਦੇ ਹਾਂ। ਹੈਲੋ, ਮੇਰਾ ਜਵਾਬ, ਮੈਂ ਜਵਾਬ ਸੁਣ ਰਿਹਾ ਜੀ। ਠੀਕ ਹੈ ਭਾਜੀ, ਸੁਣੋ ਟੀਵੀ ਸਕਰੀਨ ਤੇ, ਜੇ ਕੋਈ ਹੋਰ ਗੱਲ ਦੀ ਲੋੜ ਪਈ ਤੇ ਦੁਬਾਰਾ ਵੀ ਕਾਲ ਕਰ ਲਿਓ, ਕੋਈ ਗੱਲ ਨਹੀਂ। ਦੂਸਰਾ, ਤੁਸੀਂ ਮੈਨੂੰ ਪੁਆਇੰਟ ਦਿੱਤਾ ਆਰਬਿਟ੍ਰੇਟਰ ਵਾਲਾ, ਆਰਬਿਟ੍ਰੇਟਰ ਕੌਣ ਹੁੰਦਾ ਪਹਿਲਾਂ ਮੈਂ ਉਹ ਦੱਸਣਾ ਚਾਹੁੰਦਾ। ਆਰਬਿਟ੍ਰੇਟਰ ਇੱਕ ਟੈਕਨੀਕਲ ਬੰਦਾ ਹੁੰਦਾ, ਟੈਕਨੀਕਲ ਇਨਸਾਨ, ਉਹਦੇ ਕੋਲ ਟੈਕਨੀਕਲ ਪਲੱਸ ਲਾਅ ਦੀ ਡਿਗਰੀ ਜਾਂ ਇਕੱਲੇ ਟੈਕਨੀਕਲ ਡਿਗਰੀ ਹੁੰਦੀ ਹੈ, ਔਰ ਜਿਹਨੂੰ ਸਾਡੀ ਮਾਨਯੋਗ ਲੋਕਲ ਹਾਈ ਕੋਰਟ ਉਹਦੇ ਵਿੱਚ ਅਸੀਂ ਅਪਲਾਈ ਕਰਦੇ ਹਾਂ। ਮੈਂ ਵੀ ਆਰਬਿਟ੍ਰੇਟਰ ਹਾਂ, ਮੈਂ ਵੀ ਅਪਲਾਈ ਕੀਤਾ, ਪਹਿਲਾਂ ਮੈਂ ਕੋਰਸ ਕੀਤਾ, ਉਹਦਾ ਕੋਰਸ ਕਰਨ ਤੋਂ ਬਾਅਦ ਮੈਂ ਮਾਨਯੋਗ ਹਾਈ ਕੋਰਟ ਦੀ ਲਿਸਟ ਵਿੱਚ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸੈਂਟਰ ਨਾਮ ਤੋਂ ਹੈ CAC, ਇਸੇ ਤਰ੍ਹਾਂ ਮਾਨਯੋਗ ਸੁਪਰੀਮ ਕੋਰਟ ਕੋਲ ਵੀ ਇੱਕ ਅਦਾਰਾ ਹੈ, ਉੱਥੇ ਅਸੀਂ ਆਪਣੀ ਐਪਲੀਕੇਸ਼ਨ ਭੇਜਦੇ ਹਾਂ, ਭੇਜਣ ਤੋਂ ਬਾਅਦ ਅਸੀਂ ਆਰਬਿਟ੍ਰੇਟਰ ਵੀ ਬਣ ਜਾਂਦੇ ਹਾਂ। ਜਦੋਂ ਅਸੀਂ ਆਰਬਿਟ੍ਰੇਟਰ ਬਣਦੇ ਹਾਂ ਤਾਂ ਇਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਕੋਈ ਵੀ ਕੰਪਨੀ ਆਪਣੇ ਆਪ ਕੋਈ ਆਰਬਿਟ੍ਰੇਟਰ ਅਪੁਆਇੰਟ ਨਹੀਂ ਕਰ ਸਕਦੀ,
आर्बिट्रेटर की आर्बिट्रेशन एक्ट की धारा 8 के मुताबिक सानू ट्राई पार्टीट एग्रीमेंट बनाना पेगा जिदे विच मान लो कमलदीप मैडम तो मैं आपस साडा कोई झगड़ा है प्रॉपर्टी नू लैके और जे असी तीसरे बंदे नू आर्बिट्रेटर अपॉइंट करना चाहते हाँ या तो मैडम वालों तो मेरे वालों एक सांझी एप्लीकेशन जाएगी कि हाँ जी असी मिस्टर ए नू अपना आर्बिट्रेटर अपॉइंट करना चाहते हाँ या मैं बीइंग कंपनी मैन मैं कमल मैडम तो धक्का नहीं कर सकता कि ठीक है जी मैं ए बी सी नू मैं अपना आर्बिट्रेटर रख लिया तो अपना केस उद को कराओ सो पहली गल तो अपॉइंटमेंट ऑफ आर्बिट्रेटर के उत्ते तुसी इतराज जता सकते हो उहदे लई सैक्शन 11 च तुसी मानयोग हाई कोर्ट च भी जा सकते हो जे तुहाडे नाल दूजी पार्टी धक्का कर रही है कि आर्बिट्रेटर अपनी लिस्ट विचों अपॉइंट करके दिता जाए फिर उस तो बाद आर्बिट्रेटर जो अपॉइंट हो जाता है फिर ट्राई पार्टीट एग्रीमेंट बनता है जिदे विच जो टोटल फीस आर्बिट्रेटर इज ए प्राइवेट जज जिहड़ा तुहाडा फैसला 8 महीने के अंदर अंदर करके देगा दोनों पार्टियों बराबर का समा देगा और उस तो बाद आर्बिट्रेटर जिहड़ा तुहानू अवार्ड देगा उहदे मुताबक तुसी उस तो अगली अपील दलील कर सकते हो पहली गल दूसरी गल आर्बिट्रेशन प्रोसैस में की खर्चे होंगे ने पहला खर्चा तो जिहड़े असी आर्बिट्रेटर अपॉइंट करता जिन्हों असी प्राइवेट जज कह लें पंजाबी भाषा च दूसरा जिहड़े वेन्यू ते जाके आर्बिट्रेशन होनी है तीसरा जिहड़े मिसलीन एक्सपेंसिज ने आन जान दे रोटी दे दूजे तीजे ये तीन तरह के खर्चे होंगे ने यह जो असी सैक्शन 8 की बनाने जिन्हों कह लो कि ट्राई पार्टीट एग्रीमेंट वो लिखा जाता है कि आर्बिट्रेशन की कित्थे होएगी अपनी जगह चंडीगढ़ है कि दिल्ली है फिर वो होने वाले खर्चे कौन पे करेगा मान लो वो असी मैं तो कमलदीप मैडम कहने ठीक है जी असी 50-50 खर्चा करांगे टोटल एक्सपेंस का वो खर्चा पहला तय कर लिया जाता जिहड़ी पार्टी केस हारदी है तो दूजे पासे जिहड़ी जितदी है जिहदे हक च अवार्ड हुंदा वो अपना 50% पैसा भी अवार्ड च दा लैण दा हकदार हुंदा उहनूं वो पैसा भी नाल मिलदा बट फिर भी मैं तुहानूं कहूँगा भाजी कि आर्बिट्रेशन च जाण तों पहलां तुसीं मैनूं प्रॉपर जे कागज़ दिखाओगे तो मैं तुहानूं सही रेमेडी दे पावांगा कि आपां नूं आर्बिट्रेशन च जाना चाहिए कि नहीं जाना चाहिए आपां नूं कंज्यूमर कोर्ट च जाना चाहिए आपां नूं NCLT च जाना चाहिए आपां नूं किसी होर अदारे सामने जाना चाहिए साडे कोल रेरा भी है साडे कोल बड़े महकमे ने भी सानूं जाना कित्थे चाहिए अपने हक्कां नूं लैण वास्ते तो आई थिंक मैं अपना जवाब कंप्लीट करता है इहदे वास्ते फिर मैं दोबारा याद करा दिंदा कि सब तो पहलां तुहाडा केस देखना पएगा आंसर कित्थे तक गई है उस कोर्ट नूं वेरीफाई करना पएगा प्लस तुहाडे कोल की अधिकार बचे ने उन्हां अधिकारां दे हिसाब नाल ही तुहाडे नाल उस फोरम दे अगे जा के असीं अपना हक लै सकदे हां मरेगा नहीं हक पर लै सकदे हां जी जगजीत जी होर सवाल तुसीं कोई करना चाहोगे कट्टी गई लाइन सर सो वैसे तो विस्तार नाल वकील साहब ने दसता है पर फिर भी जगजीत जी तुसीं मैं लगता शायद ब्रैम्पटन तो बोल रहे सी जेकर फिर भी कोई तुहानू किसी गल नू लैके कोई शंका रह गई है तो तुसीं जो वकील साहब का कोई परसनल नंबर हैगा जी नीचे स्क्रीन दे चल रहा बोल के दस देने 8699812345 ये नंबर है जी वकील साहब का परसनल नंबर है इससे तुसीं कॉल कर सकते हो वट्सएप भी कर सकते हो तो जो भी अपना गल हैगी है जो केस बारे समझना समझ सकते हो इस तो अलावा भी मैं सारे भैन भरावां नूं चैनल ते बैठे हां रिक्वेस्ट कर देना एक एक कॉलर अपना जुड़ चुके ने जी हेलो 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 हां जी सत श्री अकाल जी कौन ते किथों बोल रहे हो मैं किधरों तो बोल रहा हूं तुसी कौन बोल रहे हो जी सी हमदर्द टीवी चैनल लाइव शो तुहाडी कॉल लगी है जी कॉल कटी जा चुकी है बिल्कुल तुसी जिन्ने भी दर्शक कॉल कर रहे हो लाइव प्रोग्राम दे विच कॉल कर रहे हो जो भी सवाल है जा कोई एनआरआई वीर भरा अपने केस संबंधी कोई भी सवाल पूछना चाहिए चाहता है केस नूं किवें निपटाउणा है बहुत लंबे समय तो केस तुहाडा लटक रहा नहीं सॉल्व हो रहा कोई जानकारी सांझे करने कोई सवाल करने तां जो स्क्रीन दे हेठां नंबर स्क्रोल हो रहे उस ते कॉल कर सकते हो जो भी सवाल रख सकते हो मैं ये बेनती कर रहा सी मान लो तुहाडी कोई कॉन्फिडेंशियल इनफॉरमेशन है तुसी ऑनलाइन चैनल ते साडे नाल नहीं गल कर सकते मेरा नंबर स्क्रीन ते दिता है जदों मैं 9 बजे घर पहुंचदा तुसी मैनूं गल कर लो और तुहाडी इनफॉरमेशन कॉन्फिडेंशियल रखी जाएगी साडे को ते जी कॉल ले लिए बिल्कुल हेलो हां जी हां जी मैं हां जी कौन ते किथों बोल रहे हो जी जी कमलदीप जी मैं जगजीत बोल रहा हां जी जगजीत सर बोलो जी बोलो
सुनील जी मतलब एक पॉइंट मेरा ख्याल है मैं पूरा तरह नहीं दस सकिया तुसी प्लीज टीवी स्क्रीन दी आवाज घटा लो साडे कोल सुनील जी पोजीशन है वी हैव पेड द फुल थिंग इट इज इट द हाउस इज इन आवर पोजीशन ओके ओनली थिंग इज दैट वी हैव नॉट टेकन वी हैव नॉट डन द रजिस्ट्री मैं दसदा जी ओदे बारे भी जवाब देना थानू मैं एंड देन देयरफॉर वी वर वेटिंग के ओके द पर्सन हु इज आवर बाइज कैन हैव द रजिस्ट्री इन एज इन ओके ओके नॉट हिज नेम They, that yes. is why we got delayed in getting the registry done. But in the meanwhile, unfortunately, Ansal ne procedure kar ditta ji. Main dasda sir, main dasda. Technical problem ki hai ki jadon vi tusi makan di beshak possession le layi hai, makan complete hon to baad do cheezan badiyan important hundiyan ne. Makan ya building da, man lo tower hai ya flats ne. Jadon ohna nu complete kar lena te do cheezan most important hai. Pehla completion certificate. फ्रॉम गवर्नमेंट और उस कंप्लीशन सर्टिफिकेट से जो नक्शा लगा वो कापी तुहाडे कोल होनी चाहिए है एंड सैकेंड इज़ द ऑक्यूपेंसी सर्टिफिकेट उस चीज़ नूं आपां कहने आ ये दो सर्टिफिकेट जे तुहाडे कोल हैगे ने ते तुहाडी बिल्डिंग वैलिड मनी जाएगी चाहे वह फ्लैट है चाहे लैंड है चाहे वह इंडिपेंडेंट है या शेयर्ड है वट एवर शेयर अपार्टमेंट भी आपां कहने आ सो अपार्टमेंट एक्ट के अंदर आता पापड़ा जिन्हों आपां कहने आ पंजाब अरबन अपार्टमेंट एक्ट करके सो तुहानू दो चीज़ां बड़िया इंपोर्टेंट ने बिल्डर को मंगनियाँ एक अपना कंप्लीशन सर्टिफिकेट ऑफ एरिया एक ताड़ा ओकुपेंसी सर्टिफिकेट जदों कंप्लीशन सर्टिफिकेट लेना हुंदा उहदे विच लगभग 19 तो 20 महकमे हुंदे ने जिन्हां कोलों एनओसी लैनी मोस्ट इंपोर्टेंट हुंदी है जिवें कि फॉरेस्ट डिपार्टमेंट हो गया पोल्यूशन डिपार्टमेंट हो गया जे बिल्डिंग लैंड दे नेड़े कोई एयरपोर्ट अथॉरिटी है तो उहदी हाइट बिल्डिंग की किन्ने मंजिलों तो उपर नहीं जा सकती एंड बड़िया सारिया 19 डिपार्टमेंट ने जेडे डिपार्टमेंट को एनओसी लैके वो कंप्लीशन सर्टिफिकेट हों इतें आके मैं अपने महकमे की भी गल करूँगा चाहे उत्थे गमाडा लगती है गलाडा लगती है और उन्होंने प्रोसीजर भी इन्ने के लंबे चौड़े ने कि आम बंदा तो उत्थे धक्के खा खा के परेशान हो जाता है तो ये वास्ते ये दो चीज़ों नू बड़े ध्यान नाल पहला देख लियो रजिस्ट्री तो पहला चाहे तुहानू डिस्प्यूट चल रहा या क्लीयर है पर रजिस्ट्री तो पहला कोर्ट के अगे एप्लीकेशन जरूर देनी है कि दे शुड सबमिट देयर कंप्लीशन एंड ओसी अलोंग विद ऑल द क्लीयरेंस फ्रॉम रिस्पेक्टिव डिपार्टमेंट विच इज़ एप्लीकेबल रेरा की किताब चुक लो ऑनलाइन करो रेरा एक्ट तुहाडे कोल सारा एक्ट आ जाएगा 35-40-50 पेजों का इस तरह पापड़ा एक्ट आ जाता है लैंड एक्विजिशन आ जाता है और उहदे विच गुमाडा विच जाओगे या तुसी पुड्डा च जाओगे तो उहदे विच भी पूरा एक्ट दिता है कि केड़ियां केड़ियां चीज़ां आनियां कमल मैडम याद रखियो आप की करते हैं नैक्सट टाइम ना ये जी प्रॉपर्टी कि जगह कितने गई है वो वास्ते की शर्त होंगे कि महकमे इनवॉल्व होंगे ने तो बारे मैं जरूर दस दिना जे मैं 2 मिनट दो तो मैं हमने तू खोल के दसदा मेरे को ऑलरेडी मैं रिसर्च ए मेरा टीम पूरी पूरी कर रही है जिदे असी लो सर मैं हमने बोल ही दिना तुम सारे महकमे बोल दिना जी तुसी सुनोगे हौली हौली बोली जाऊंगा जी सो राइट टू फेयर कंपनसेशन एंड ट्रांसपेरेंसी इन लैंड एक्विजिशन रीहैबिलिटेशन एंड रीसैटलमेंट एक्ट 2013 ये मक्खन भाजी ने साढ़े को सवाल पूछा सी कि मैं मुआवजा किहड़े तरीके नाल मिलना उन्हां वास्ते ये एक्ट है उस तो बाद ट्रांसफर ऑफ प्रॉपर्टी एक्ट है जो मकान तुहाडे नाते ट्रांसफर होना उहदियां शर्तां उहदे च लिखियां रीयल स्टेट जिहनूं रेगूलेशन एंड डिवेलपमेंट एक्ट कहिंदे आ 2016 च बनिया आर्किटेक्चर एक्ट है एक्साइज ड्यूटी है फिर एक्साइज ड्यूटी डिस्ट्रीब्यूशन है जे उत्थे मान लो कोई GST या इहो जिहे चीज़ां लगदियां ने कमर्शियल है या कुछ है उहदे वास्ते लागू होएगा गवर्नमेंट दा बिल्डिंग एक्ट है ग्रीन हाउस एक्ट है इंडियन ईजमेंट एक्ट है ईजमेंट एक्ट की हुंदा है बड़े बिल्डरां ने मैम दसदा मैं सारे भैन भरावां नूं जदों तुसीं कोई जमीन लैनी है या कोई फ्लैट लैना या कोई मकान लैनी है तो रेवन्यू रस्ता एक टैक्नीकल टर्म है रेवन्यू रस्ता की है बेशक आप कॉल कर देने हैं ताकि साडा जवाब है ते सुन लेंगे जगजीत जी तुसी प्रोग्राम दे नाल जुड़े रहे हो तुहाडे सवाल दा जवाब जेड़ा हैगा सुनील जी नाल नाल दिंदे रहेंगे जी ठीक है मैं धन्यवाद जी जो कुछ बचेगा तो मैं वीर जी फिर भी तुहानू सैटिस्फाई करूंगा डोंट वरी आपां इत्थे बैठे ही मैं तुहाडा नंबर सुनील जी नोट कर लवांगा ते मैं फिर तुहाडे नाल इन टच रहूंगा एनी टाइम जो तुहानू इंडिया च हेल्प चाहिए आपां पूरी मदद करांगे भाजी साडे भुल्लर साहिब दी इक्को ही मंश है कि मेरे NRI भैन भरा कभी भी तंग ना आने करके उन्होंने ये प्रोग्राम शुरू किया बई एजेंटा तो बचना है तो आप लीगल सलाह लेनी है लंबा प्रोसीजर जरूर है
बट पक्का रद्द है। सो मैं गल कर रहा सी रेवेन्यू रस्ते की। रेवेन्यू रस्ता की होंदा है, पुराने जमाने च लोकां दे पिंड उतों खूह उतों मंदिर उतों मड़ियाँ उतों मेन रोड ते आने वास्ते कोई नक्शा तो होंदा नहीं सी, पर पिंड दे लोकां ने रस्ता बनाया होंदा सी तुर तुर के ही पिया बन जांदा सी। अज भी आप देखते कई खेतों में रस्ते पगडंडियां जिहड़ियां बनिया पई हैं, और उदों उन्हां दी देखो नैविगेशन किन्नी तेज हुंदी सी कि उस नैविगेशन दे मुताबक उन्होंने वह रस्ते कढ़ते। जिहड़े वह रस्ते निकल गए मुगल जदों आए, जदों उन्होंने नक्शे बनवाए, तुहानूं पता है कि जिहड़े भी साडा लैंड का रिकॉर्ड है सारा फारसी भाषा च है। फर्द हकीयत जमाबंदी खसरा खतौनी खेवत पटवारी कानूगो कानून गो का ना एक्चुअली सारे शब्द फारसी के ने। ये इंडिया का या पंजाब का या इंग्लिश का कोई नाम हाले तक बनिया नहीं है, कुछ कुछ का बन गया, कुछ अज भी हर जगह यो चलते हैं। सो जे रस्ते जान की जी थां सी जो पिया बनिया वो साडे नक्शियां च मार्क हो गया, तो लिखिया साडी लैंड दी लैंड रेवन्यू बुक दे विच कि जिंदगी भर उन्हां रस्तियां नूं खत्म नहीं किया जा सकता। हुण तुसीं पुछोगे वह क्यों, हुण एक नक्शा है वह मेरी इंडिया की पंजाब की गल करां ते पंजाब सरकार कोल भी है, वह भारत सरकार कोल सेंटर गौरमेंट कोल भी है, वह आर्मी कोल भी है, वह एयरफोर्स कोल भी है, वह नेवल कोल भी है। वह नक्शे थ्रू आउट वर्ल्ड वंडिया होया। मान लो इंडिया च कोई आर्मी की मूवमेंट होनी है किसी जगह तो किसी जगह पर, और अजकल तो चलो GPS है, पर GPS तो अलावा उन्होंने अपने पुराने नक्शे नू मास्टर प्लैन नू लॉक किया होया, तो की पता उन्होंने कोई खुफिया रस्ता कढ़ना है तो उधरों की निकलना है, तो वह रस्ते उस वेले काम आते हैं। उस रस्तियां नू कभी बंद ही नहीं किया जा सकता, कभी रोकया ही नहीं जा सकता, खूह नू पूर सकते हो पर उस जगह पर कोई कब्जा करके कंस्ट्रक्शन नहीं हो सकती, वह खूह ही रहेगा, खूह ही घवाएगा पिंड का खूह। तो जिहड़े प्राइवेट बिल्डर आए इन्हां ने वह रेवेन्यू रस्ते भी वेचते। हुण दसो कि आर्मी की मूवमेंट हो रही है, उन्हां नूं पता भी अगों 10 पॉइंट जाके लैफ्ट मुड़ना उत्थे सड़क है, उत्थे कोठी बनी होवे मेरी, बिल्कुल इहदा मतलब कोठी ढा के चलणगे फौजी, तो फिर इदां दे हुंदे, उन्होंने बुलडोजर लैणा, कोठी ढाओ विचों दी रस्ता कढो ते चलो अगे निकलो। एग्जाम्पल मजाक कर रहे हो या एग्जाम्पल समझो। सो बिल्डर ने इन्नियां शरारतां कीतियां और मैं किवें उन्हां नाल रले ने जिहदे करके कर रहे ने। सो इस करके जो भी तुसीं जमीन खरीदनी है प्रॉपर्टी लैनी है उहदे विच इक लाइन लिखाउणी है भी इह रेवेन्यू रस्ते च नहीं आउंदी, क्योंकि जे रेवेन्यू रस्ते वाली उन्हें जमीन वेचती तुहाडा नुकसान जरूर हो जाना। बिल्डर ने तो कहिंदे ना टपूसी मारनी, उन्हें पैसा कमाउणा पैसे बनाउणे ते अगे चल जाणा। हुण उस तों अगे आ जाइए अगले एक्ट दे, इंडियन ईजमेंट एक्ट की गल होगी। ईजमेंट एक्ट दूसरी चीज़ कहिंदा भी हवा पानी रस्ता तुसीं किसे दा नहीं रोक सकते। मान लो मेरा घर पिछे है, मेरे घर के अगे रस्ता जाता है, तुसीं मेरे घर के दरवाजे के अगे रस्ता बना के बाहरों नहीं लंघ सकते, तुहानूं वक्खरा रस्ता ही अपना लेना पएगा। मेरा रस्ता यानी कि हवा पानी तो लंघन वाला रस्ता बंद नहीं कर सकते। द एनीमी प्रॉपर्टी एक्ट भी लागू हुंदा जे अमेंडमेंट एंड वैलीडेशन 2017 शड्यूल ट्राइब एंड अदर ट्रडिशनल फॉरैसट डिवेलिंग रैकोगनीशन ऑफ फॉरैसट एक्ट भी लागू हुंदा जे, पंचायत एक्ट लागू हुंदा जे 1996, अर्बन लैंड सीलिंग एंड रेगुलेशन एक्ट लागू हुंदा जे, प्रोहिबिशन ऑफ बेनामी प्रॉपर्टी ट्रांजैक्शन एक्ट लागू हुंदा जे 13, मैं बोल चुका 14, द इंडियन ट्रैमवेज एक्ट लागू हुंदा जे 15, द लैंड प्लॉट्स अथॉरिटी ऑफ इंडिया एक्ट 2010, द रेलवे एक्ट मैट्रो रेलवे कंस्ट्रक्शन वर्क एक्ट 1978, नेवी एक्ट बिल्डिंग एंड अदर कंस्ट्रक्शन वर्कर एक्ट मॉडल बिल्डिंग बाय लॉज ग्रीन बुक्स भी कहने असीं उन्हूं, नैशनल हाईवे एक्ट नैशनल हाईवे अथॉरिटी ऑफ इंडिया एक्ट सेंट्रल रोड इंफ्रास्ट्रक्चर एक्ट रोड ट्रांसपोर्ट कारपोरेशन एक्ट मोटर व्हीकल एक्ट एनवायरमेंट प्रोटेक्शन एक्ट अपार्टमेंट ओनरशिप एक्ट रजिस्ट्रेशन एक्ट स्टैम्प ड्यूटी एक्ट इंडियन कॉन्ट्रैक्ट एक्ट फॉरन एक्सचेंज मैनेजमेंट फेमा। क्योंकि साढ़े एक भाई साहब ने सवाल पूछा सी कि फॉरन तो जो पैसे लैके आके इंडिया प्रॉपर्टी खरीदनी है तो तुहाडा फेमा के अंदर तुहानूं मोनीटर किया जाएगा कि प्रॉपर्टी तुसीं 50 लाख की लीती तो रजिस्ट्री तुसीं मान लो 50 की भी कराई तो पैसे आए कितों, जे फॉरन तो भी पैसा लैके आए हो तो क्या फटका ला लागू करके पूरी तरह लियायो कि नहीं लियाए। फिर एनवायरमेंट एंड इंपैक्ट असैसमेंट एक्ट मॉडल टाउन एंड प्लानिंग एक्ट मॉडल रीजनल एंड टाउन प्लानिंग डिवेलपमेंट एक्ट 1985 अर्बन डिवेलपमेंट एंड प्लान फॉर्मुलेशन। मेरे को तो बुलाई जाओ जिन्हें मर्जी,
ਮੇਰੀ ਇਹਨੇ ਕਿਤਾਬਾਂ ਮਤਲਬ ਕਿ ਅਗਰ ਕੋਈ ਵੀ ਅਸੀਂ ਜਗ੍ਹਾ ਖਰੀਦਣੀ ਆ ਕਿਤੇ ਆਪਣਾ ਮਕਾਨ ਬਣਾਉਣਾ ਤੁਹਾਨੂੰ ਐਕਟਾਂ ਦਾ ਧਿਆਨ ਰੱਖਣਾ ਪਊਗਾ 36 ਐਕਟ ਨੇ ਜੀ ਮੈਂ 36 ਦੇ ਮੈਂ ਪੜ੍ਹ ਕੇ ਸੁਣਾਤੇ ਆ ਤੇ ਹਲੇ ਹੋਰ ਲੰਬੀ ਲਿਸਟ ਹੈ ਇਸ ਤੋਂ ਇਲਾਵਾ ਅਥਾਰਟੀਆਂ ਨੇ ਏਅਰਪੋਰਟ ਅਥਾਰਟੀ ਹੈ ਮੰਨ ਲਓ ਤੁਹਾਡੀ ਏਅਰਪੋਰਟ ਦੇ ਲਾਗੇ ਆ ਜਾਂ ਤੁਹਾਡੇ ਜਿੱਥੇ ਕੋਈ ਜਿਹਨੂੰ ਆਪਾਂ ਕਹਿੰਦੇ ਹਾਂ ਮੰਨ ਲਓ ਰਿਜ਼ਰਵ ਹੈ ਕੋਈ ਬੜਾ ਇੰਪੋਰਟੈਂਟ ਹੋ ਸਕਦਾ ਆਰਮੀ ਦਾ ਉੱਥੇ ਬੰਬ ਰੱਖੇ ਹੋਣ ਜਾਂ ਕੋਈ ਇਹੋ ਜਿਹਾ ਏਰੀਆ ਹੋਵੇ ਸੋ ਬੜੀਆਂ ਚੀਜ਼ਾਂ ਨੇ ਕਦੇ ਆਪਾਂ ਇਹ ਕਰਾਂਗੇ ਨਾ ਐਕਟਾਂ ਤੇ ਵੀ ਕੋਈ ਆਪਾਂ ਰੱਖ ਲਾਂਗੇ ਪ੍ਰੋਗਰਾਮ ਸਪੈਸ਼ਲ ਦਿੱਲੀ ਦੇ ਜਿਵੇਂ ਆਪਾਂ ਨਹੀਂ ਆਪਾਂ ਇਦਾਂ ਕਰਾਂਗੇ ਵੀ ਸਿਰਫ ਅਗਲੀ ਵਾਰ ਜਾਂ ਦੋ ਕੁ ਵਾਰੀ ਬਾਅਦ ਆਪਾਂ ਇੱਕ ਪ੍ਰੋਗਰਾਮ ਰੱਖਾਂਗੇ ਕਿ ਜਦੋਂ ਵੀ ਤੁਸੀਂ ਲੈਂਡ ਜਿਵੇਂ ਆਪਾਂ ਤੁਸੀਂ ਮੈਨੂੰ ਅੱਜ ਸਵਾਲ ਪੁੱਛਿਆ ਸੀ ਤੇ ਕੰਪਲੀਸ਼ਨ ਸਰਟੀਫਿਕੇਟ ਵੇਲੇ ਬਿਲਡਰ ਨੂੰ ਕਿਹੜੇ ਕਿਹੜੇ ਸਰਟੀਫਿਕੇਟ ਦੀ ਲੋੜ ਹੈ ਲੈਣ ਤੋਂ ਪਹਿਲਾਂ ਤੁਸੀਂ ਕਿੰਨੀ ਪੇਮੈਂਟ ਕਰੋ ਕਿੰਨੀ ਬਾਅਦ ਚੋਂ ਕਰੋ ਅਸੀਂ ਇੱਕ ਜਨਰਲ ਇੱਕ ਐਕਸਰਸਾਈਜ਼ ਕਰ ਦਾਂਗੇ ਜਿਹਦੇ ਵਿੱਚ ਤਾਂ ਕਿ ਸਾਡੇ ਜਿਹੜੇ ਐਨ ਆਰ ਆਈ ਭੈਣ ਭਰਾ ਨੇ ਇਹਨਾਂ ਦੀਆਂ ਪ੍ਰੋਪਰਟੀਆਂ ਇਹਨਾਂ ਦੇ ਪੈਸੇ ਸੇਫ ਰਹਿਣ ਦੇਖੋ ਮੈਡਮ ਮੈਂ ਅੱਜ ਵੀ ਇੱਕ ਗੱਲ ਕਹਿੰਦਾ ਆਪਣੀ ਸਰਕਾਰ ਨੂੰ ਮੈਂ ਇੱਕੋ ਗੱਲ ਸਮਝਾਉਣਾ ਕਿ ਸਿਰਫ ਤੇ ਸਿਰਫ ਐਨ ਆਰ ਆਈ ਦੀ ਪ੍ਰੋਪਰਟੀ ਐਨ ਆਰ ਆਈ ਦਾ ਇੰਟਰਸਟ ਸੇਵ ਕਰ ਦਿਓ ਇੰਡੀਆ 'ਚ ਇੰਡੀਆ 'ਚੋਂ ਪੰਜਾਬ 'ਚ ਸੋਨੇ ਦੀਆਂ ਇੱਟਾਂ ਲੱਗ ਜਾਣਗੀਆਂ ਔਰ ਇੰਨੀਆਂ ਕੁ ਲੱਗ ਜਾਣਗੀਆਂ ਕਿ ਤੁਹਾਨੂੰ ਰੈਵਨਿਊ ਜਨਰੇਟ ਕਰਨ ਦੀ ਲੋੜ ਨਹੀਂ ਪਏਗੀ ਇਹੋ ਜਿਹੇ ਸਾਡੇ ਐਨ ਆਰ ਆਈ ਭਰਾ ਇੰਡੀਆ 'ਚ ਇਨਵੈਸਟਮੈਂਟ ਕਰਨ ਔਰ ਪੰਜਾਬ 'ਚ ਖਾਸ ਕਰਕੇ ਇਨਵੈਸਟਮੈਂਟ ਕਰਕੇ ਦੀ ਤਰੱਕੀ ਕਰਨ ਨੂੰ ਤਿਆਰ ਬੈਠੇ ਨੇ ਸਿਰਫ ਉਹ ਖੱਜਲ ਖਰਾਬੀਆਂ ਤੋਂ ਡਰ ਕੇ ਉਹ ਕਹਿੰਦੇ ਛੱਡ ਮਣਾ ਉੱਥੇ ਕੀ ਕਰਨ ਜਾਣਾ ਹੁਣ ਵੀ ਆਪਾਂ ਦੇਖ ਲਈਏ ਐਨ ਆਰ ਆਈ ਵੀਰ ਤਾਂ ਬਹੁਤ ਸੇਵਾ ਦੇ ਲਈ ਅੱਗੇ ਰਹਿੰਦੇ ਨੇ ਪੰਜਾਬ ਦੇ ਨਾਲ ਬੜਾ ਪਿਆਰ ਉਹਨਾਂ ਨੂੰ ਆਪਾਂ ਖਬਰਾਂ 'ਚ ਵੀ ਸੁਣਿਆ ਸੀ ਮੈਨੂੰ ਯਾਦ ਨਹੀਂ ਪ੍ਰੋਪਰ ਪੰਜਾਬ ਦਾ ਕਿਹੜਾ ਇਲਾਕਾ ਉੱਥੇ ਐਨ ਆਰ ਆਈ ਦੇ ਵੱਲੋਂ ਆਪਣੇ ਸਰਕਾਰੀ ਸਕੂਲ ਦੇ ਉੱਪਰ ਇੰਨਾ ਪੈਸਾ ਲਾਇਆ ਗਿਆ ਉਹਨੂੰ ਸਮਾਰਟ ਸਕੂਲ ਪੂਰਾ ਸੋਹਣਾ ਸਕੂਲ ਬਣਾਤਾ ਇੱਕ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਇੱਕ ਐਨ ਆਰ ਆਈ ਨੇ ਕੀਤਾ ਉਸ ਤੋਂ ਇਲਾਵਾ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ ਬਹੁਤ ਸਾਰੀ ਜਿਹੜੀ ਹੈਲਪ ਆ ਮਦਦ ਹੈ ਜਿਹੜੀ ਐਨ ਆਰ ਆਈ ਵੀਰ ਭਰਾਵਾਂ ਨਾਲ ਦੋ ਵੱਲੋਂ ਕੀਤੀ ਜਾਂਦੀ ਹੈ ਪਰ ਜਦੋਂ ਐਨ ਆਰ ਆਈ ਵੀਰ ਭਰਾ ਇੱਥੇ ਆਉਂਦੇ ਨੇ ਉਹਨਾਂ ਨਾਲ ਠੱਗੀਆਂ ਵੱਜਦੀਆਂ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਨੂੰ ਤਾਂ ਸੱਟ ਵੱਜਦੀ ਹੋਏਗੀ ਨਾ ਕਿ ਅਸੀਂ ਪੰਜਾਬ ਨੂੰ ਇੰਨਾ ਪਿਆਰ ਕਰਦੇ ਹਾਂ ਪਰ ਸਾਡੇ ਇੱਥੇ ਸਾਡੇ ਨਾਲ ਹੀ ਠੱਗੀਆਂ ਵੱਜ ਰਹੀਆਂ ਨੇ ਚਲੋ ਉਹ ਕਹਿੰਦੇ ਨਾ ਦੜ ਵੱਟ ਜ਼ਮਾਨਾ ਘੱਟ ਭਲੇ ਦਿਨਾਂ ਬਣ ਗਏ ਆਫਟਰ ਆਲ ਦੇਖੋ ਚੰਗੀ ਚੀਜ਼ ਦੀ ਜਿੱਤ ਹੋਣੀ ਹੈ ਚੰਗੇ ਸਾਡੇ ਭੈਣ ਭਰਾ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੇ ਆਪਣਾ ਚੰਗਾ ਕੰਮ ਕਰੀ ਜਾਣਾ ਤੇ ਅੱਜ ਮੈਂ ਇੱਕ ਇਸ ਮਾਧਿਅਮ ਦੇ ਥਰੂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਵੀ ਮੇਰਾ ਕੋਈ ਭੈਣ ਭਰਾ ਇੰਡੀਆ ਆਵੇ ਉਹ ਇੱਕ ਨਾ ਫਰੂਟ ਦਾ ਬੂਟਾ ਲਾ ਕੇ ਜ਼ਰੂਰ ਜਾਵੇ ਜਿਹੜਾ ਵੀ ਐਨ ਆਰ ਆਈ ਭੈਣ ਭਰਾ ਆਉਂਦਾ ਲਾਗੇ ਛਾਗੇ ਪਿੰਡ 'ਚ ਜਿੱਥੇ ਕਿਤੇ ਥਾਂ ਮਿਲੇ ਇੱਕ ਦੋ ਚਾਰ ਫਰੂਟ ਟ੍ਰੀਜ਼ ਜਾਂ ਮੈਡੀਸ਼ਨਲ ਟ੍ਰੀ ਲਾ ਕੇ ਜਾਓ ਉਹ ਪਤਾ ਕੀ ਹੋਏਗਾ ਮੈਡਮ ਸਾਂਬਲਾੜ ਥਾਂ ਤੇ ਮੰਨ ਲਓ ਵਰਿਕਸ਼ ਲੱਗਾ ਅੰਬ ਦਾ ਹੀ ਬੂਟਾ ਲੱਗਾ ਬੱਚੇ ਪੱਥਰ ਮਾਰ ਕੇ ਅੰਬ ਹੀ ਖਾਣਗੇ ਸਿਹਤ ਹੀ ਚੰਗੀ ਹੋਏਗੀ ਫਰੂਟ ਜਿਹੜਾ ਇੰਨਾ ਵਧੀਆ ਚੀਜ਼ ਹੈ ਕਿ ਅੰਦਰ ਰੋ ਤਰੀਕੇ ਨਾਲ ਅੰਦਰ ਜਾਂਦਾ ਖਰਬੂਜਾ ਕਦੀ ਸਬਜ਼ੀ ਬਣਾ ਕੇ ਥੋੜ੍ਹੀ ਖਾਧੀ ਆਪਾਂ ਅੰਬ ਦੀ ਸਬਜ਼ੀ ਬਣਾ ਕੇ ਥੋੜ੍ਹੀ ਖਾਂਦੇ ਹੋ ਰੋ ਦਾ ਰੋ ਅੰਦਰ ਜਾਂਦਾ ਔਰ ਜਦੋਂ ਰੋ ਚੀਜ਼ ਅੰਦਰ ਜਾਏਗੀ ਬੂਟੇ ਹੀ ਇਹਨੇ ਲਾ ਦਿਓ ਕਿ ਪੱਥਰ ਮਾਰਨ ਦੀ ਲੋੜ ਹੀ ਨਾ ਪਵੇ ਥੱਲੋਂ ਹੀ ਚੁੱਕ ਲਓ ਜਿੰਨੇ ਫਰੂਟ ਲੈਣੇ ਆ ਸਾਡੇ ਤੋਤੇ ਸਾਡੇ ਪੰਛੀ ਵਾਪਸ ਆਉਣਗੇ ਤੇ ਫਰੂਟ ਟ੍ਰੀ ਆਮ ਜਗ੍ਹਾ ਤੇ ਲੱਗਾ ਹੋਏਗਾ ਤੇ ਹਰ ਬੰਦਾ ਗਰੀਬ ਆਦਮੀ ਵੀ ਖਾ ਕੇ ਸੋਏਗਾ ਵੀ ਜਿਹੜਾ 80 ਰੁਪਏ ਕਿਲੋ 100 ਰੁਪਏ ਕਿਲੋ ਅੱਜ ਅੰਬ ਵਿਕਦਾ ਪਿਆ ਉਹ ਮੁਫਤ 'ਚ ਮਿਲਣਾ ਸ਼ੁਰੂ ਹੋ ਜਾਏਗਾ ਤੇ ਇੱਕ ਵਾਰ ਦੀ ਮਿਹਨਤ ਹੈ ਜਿੱਥੇ ਵੀ ਕਿਤੇ ਸਰਕਾਰੀ ਥਾਂ ਲੱਭਦੀ ਹੈ ਕਿਤੇ ਵੀ ਲੱਗਦੀ ਹੈ ਔਰ ਮੇਰਾ ਮੈਡਮ ਮੈਂ ਵੀ ਆਪਣਾ ਦਿਲ ਦੱਸ ਦਿੰਦਾ ਜਦੋਂ ਕਦੀ ਮੌਕਾ ਲੱਗਿਆ ਮੈਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾਮ ਪੈਦਾ ਕਰਨਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਨਾਲ ਲੈ ਕੇ 1 ਕਰੋੜ ਬੂਟਾ 1 ਦਿਨ ਦੇ 1 ਘੰਟੇ 'ਚ ਲਾਉਣਾ ਇਹ ਸ਼ੌਂਕ ਹੈ ਮੇਰਾ ਇਹ ਮੈਂ ਜ਼ਰੂਰ ਪੂਰਾ ਕਰੂੰਗਾ ਥੋੜ੍ਹਾ ਜਿਹਾ ਸਿਸਟਮ ਸਾਰਾ ਸਿੱਧਾ ਹੋ ਜਾਵੇ ਅਤੇ ਬੜੇ ਬੰਦੇ ਨੇ ਬੜੇ ਅਦਾਰੇ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਪਰ ਲਾਉਣਾ ਮੈਂ ਸਿਰਫ ਫਰੂਟ ਟ੍ਰੀ ਹੈ ਜਾਂ ਮੈਡੀਸ਼ਨਲ ਟ੍ਰੀ ਜਿਵੇਂ ਹਰੜ ਲਾ ਦਾਂਗੇ ਭੇੜੇ ਲਾ ਦਾਂਗੇ ਸਤੂਤ ਲਾਵਾਂਗੇ ਤੁਹਾਨੂੰ ਇੱਕ ਗੱਲ ਦੱਸ ਦਈਏ ਨੇਚਰ ਦਾ ਨਿਯਮ ਜਿਸ ਸ਼ੇਪ ਦਾ ਫਲ ਹੈ ਜਿਸ ਸ਼ੇਪ ਦਾ ਡਰਾਈ ਫਰੂਟ ਹੈ ਉਹ ਉਸੇ ਬਾਡੀ ਦੇ ਅੰਗ ਤੇ ਜਾ ਕੇ ਉਹਨੂੰ ਤਾਕਤ ਦਿੰਦਾ ਬਾਕੀ ਉਹਨੂੰ ਤੇ ਦਿੰਦਾ ਹੀ ਦਿੰਦਾ ਉਹਨੂੰ ਵੀ ਤਾਕਤ ਦਿੰਦਾ ਮੇਰੇ ਕੋਈ ਐਨ ਆਰ ਆਈ ਭੈਣ ਭਰਾ ਮੈਨੂੰ ਮੇਰੇ ਨੰਬਰ ਤੇ ਕਾਲ ਕਰ ਰਹੇ ਨੇ ਮੇਰੀ ਬੇਨਤੀ ਹੈ ਕਿ ਇਸ ਵੇਲੇ ਜਾਂ ਤੇ ਚੈਨਲ ਦੇ ਨੰਬਰ ਤੇ ਕਰੋ ਮੈਨੂੰ ਕਰਨਾ ਹੈ ਤੇ ਸਾਢੇ ਸੱਤ ਵਜੇ ਤੋਂ ਬਾਅਦ ਤੁਸੀਂ ਕਾਲ ਕਰ ਨਹੀਂ 8 ਵਜੇ ਤੋਂ ਬਾਅਦ ਕਰੋ ਅਸੀਂ ਚਾਹ ਵੀ ਤੇ ਪੀਣੀ ਹੈ ਬਿਲਕੁਲ ਜੀ 8 ਵਜੇ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਜੋ ਵੀ ਸਵਾਲ ਹੈ ਰੱਖ ਸਕਦੇ ਹੋ ਸੋ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਸ਼ੌਂਕ ਜਿਹੜਾ ਤੁਸੀਂ ਫਰੂਟ ਦੇ ਬੂਟੇ ਦਾ ਕਿਹਾ ਮੈਨੂੰ ਲੱਗਦਾ ਜਦੋਂ ਸ਼ੌਂਕ ਕੋਈ ਜਦੋਂ ਲੋਕਾਂ ਨੂੰ ਸੁੱਖ ਸਹੂਲਤਾਂ ਦੇਵੇ ਤਾਂ ਫਿਰ ਸ਼ੌਂਕ ਨਹੀਂ ਉਹ ਸੇਵਾ ਬਣ ਜਾਂਦੀ ਹੈ ਚਲੋ ਮਾਲਕ ਦੇ ਘਰ 'ਚ ਆਪਾਂ ਲੰਗਰ ਲਾਉਣਾ ਜੀ ਸਾਡੇ ਬਾਬਾ ਨਾਨਕ ਜੀ ਨੇ ਸਾਨੂੰ ਸਿਖਾਇਆ ਤੇ ਉਹ ਸਾਰੀ ਉਮਰ ਦਾ ਲੰਗਰ ਲਾ ਜਾਣਾ ਸਾਡੇ ਕਈ ਪੁਸ਼ਤਾਂ ਨੇ ਉਹ ਚੀਜ਼ਾਂ ਖਾਣੀਆਂ ਤੇ ਮੈਂ ਚਾਹੂੰਗਾ ਮੇਰੇ ਐਨ ਆਰ ਆਈ ਭੈਣ ਭਰਾ ਇਸ ਮਾਮਲੇ 'ਚ ਮੇਰਾ ਸਾਥ ਦੇਣ ਛੋਟੇ ਛੋਟੇ ਕੰਮ ਸ਼ੁਰੂ ਕਰੀਏ ਵੱਡਾ ਕੰਮ ਆਪੇ ਰੱਬ ਨੇ ਕਰ ਦੇਣਾ ਅਸੀਂ ਚੰਗੀ ਨੀਤ ਨਾਲ ਕੰਮ ਕਰੀਏ ਸੁਨੀਲ ਜੀ ਇੱਕ ਸਵਾਲ ਵਿੱਚ ਹੀ ਰਹਿ ਗਿਆ ਆਪਾਂ ਸਵਾਲ ਸੀਗਾ ਐਨ ਆਰ ਆਈਜ਼ ਅਗਰ ਜ਼ਮੀਨਾਂ ਦੀ ਵੰਡ ਕਰਾਉਣੀ ਉਹਨਾਂ ਨੇ ਇੰਡੀਆ ਦੇ ਵਿੱਚ ਤਾਂ ਕੀ ਉਹਨਾਂ ਨੂੰ ਧਿਆਨ ਰੱਖਣਾ ਤੇ ਕਿਹੜੀ ਚੀਜ਼ਾਂ ਦੀ ਇਹਨੂੰ ਦਸਤਾਵੇਜ਼ਾਂ ਦੀ ਲੋੜ ਹੋਏ ਟਾਈਮ ਸ਼ਾਰਟ ਹੈ ਆਪਣੇ 5-6 ਮਿੰਟ ਹੀ ਰਹਿ ਗਏ ਨੇ ਤੇ ਆਪਾਂ ਛੋਟਾ ਜਿਹਾ ਜਵਾਬ ਜ਼ਰੂਰ ਦੇ ਦਿੰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਤੁਹਾਡੀ ਜ਼ਮੀਨ ਦੀ ਮਾਲਕੀ ਤੁਹਾਡੇ ਕੋਲ ਰਹਿਣੀ ਚਾਹੀਦੀ ਹੈ ਜ਼ਮੀਨ ਦੀ ਮਾਲਕੀ ਆਪਣੇ
दो चीजा परत पटवार परत सरकार नाम प्रोपर जी जमीन की वंड जमीन का जरा रकबा रकबा पूरा होना चाहिए किसी वेले पटवारी पिछली तो अगले चढ़ाने लगे रकबा बदल देंगे ने या नाम बदल देंगे ने सो इस तरह कई सारे होर पॉइंट्स ने मेरे ख्याल आप टाइम बहुत शॉर्ट है तो अगले प्रोग्रामा भी कवर करांगे तो उन्हों कराने का प्रोसीजर मैं शॉर्टकट च दस दिना कि तुसी एक सिंपल एप्लीकेशन लिखनी है टू दी SDM इलाके का ना विशा परिवारिक वंड बारे भी मैं सुनील मल्लन पुत्र श्री फलाना असी दो भैन भरा या तीन भैन भरा या चार भरा जिन्हें भी हाँ या जे तुहाडे कोल वसीयत है या तुहाडे कोल परिवारिक वंड का कागज है असी इन्ने हैगे हाँ साडे नाँ ते आ साडी वंड है इस वंड के मुताबिक साडे पिता जी की मौत इन्नी तरीक नूं हो गई उहदा डैथ सर्टिफिकेट मैं नाल लाउणा मेरी माता जी की मौत इन्नी तरीक नूं हो गई तो लैफ्ट ओवर जिहड़े सक्सैसर आ उह असी इन्ने आ मान लो तीन भैणां ने अपनी NOC देती है या नहीं दी तो किसी का नाँ छुपा के छुपाए बिना ਸਾਰਿਆਂ ਦੇ ਨਾਂ ਦੇ ਉੱਤੇ ਉਸ ਹਿਸਾਬ ਦੀ ਆਪਣੀ ਵੰਡ ਚੜਵਾ ਲਓ ਇਹਦੇ ਚ ਫਿਰ ਅੱਗੋਂ ਟੈਕਨੀਕਲ ਬੜੇ ਪੁਆਇੰਟਸ ਨੇ ਉਹ ਆਪਾਂ ਨੂੰ ਇੰਡੀਆ ਵੀ ਆਉਣਾ ਪਏਗਾ ਨਾ ਜਿਹੜੇ ਵੀ ਜਿਨ੍ਹਾਂ ਨੇ ਵੀ ਨਹੀਂ ਜ਼ਰੂਰੀ ਨਹੀਂ ਹੈ ਜੀ ਜਿਹੜੇ ਵੀ ਭੈਣ ਭਰਾ ਨੇ ਉੱਥੇ ਕਰਾਉਣੀ ਹੋਵੇ ਆਪਣਾ ਲੀਗਲ ਇੱਥੇ ਅਪੁਆਇੰਟ ਕਰ ਦੇਣ ਕੋਈ ਵੀ ਸੱਜਣ ਤੇ ਉਹਦੇ ਬੇਸ ਤੇ ਜਾ ਕੇ ਵੰਡ ਹੋ ਜਾਏਗੀ ਹੁਣ ਇਹਦੇ ਚ ਦੋ ਚੀਜ਼ਾਂ ਨੇ ਮੈਡਮ ਇੱਕ ਵੰਡ ਤੇ ਇੱਕ ਨਿਸ਼ਾਨਦੇਈ ਵੱਡਾ 100 ਕਿੱਲਾ ਸੀ ਉਹ 3 ਨਾਵਾਂ ਤੇ 4 ਨਾਵਾਂ ਤੇ 5 ਨਾਵਾਂ ਤੇ ਚੜ ਗਿਆ ਹੁਣ ਅਗਲਾ ਪ੍ਰੋਸੈਸ ਆਉਂਦਾ ਹੈ ਕਿ ਨਿਸ਼ਾਨਦੇਈ ਕਰਕੇ ਜ਼ਮੀਨ ਦੀ ਵੰਡ ਕਰਨੀ ਹੈ ਕਿਹੜੀ ਨੁੱਕਰ ਤੁਹਾਡੀ ਹੈ ਕਿਹੜੀ ਨੁੱਕਰ ਮੇਰੀ ਹੈ ਕਿਹੜੀ ਨੁੱਕਰ ਕਿਸੇ ਹੋਰ ਦੀ ਹੈ ਨੁੱਕਰਾਂ ਪਿੱਛੇ ਤੇ ਰੌਲਾ ਤਾਂ ਨਹੀਂ ਪੈਂਦਾ ਅਗਰ ਪੈ ਜਾਵੇ ਦੇਖੋ ਜੀ ਭੈਣ ਭਰਾ ਨੇ ਆਪਸ ਚ ਰੌਲਾ ਤੇ ਪੈਂਦਾ ਪਰ ਉਹਦੇ ਵਾਸਤੇ ਵੀ ਕੋਰਟ ਕੋ ਪਾਵਰਸ ਨੇ ਫਿਰ ਉਹਦੀ ਵੈਲਿਊਏਸ਼ਨ ਲਾ ਲਈ ਜਾਂਦੀ ਹੈ ਸੜਕ ਦੇ ਨਾਲ ਲੱਗਦੀ ਜ਼ਮੀਨ ਦਾ ਮੁੱਲ ਇਹ ਹੈ ਫਿਰ ਸਰਕਾਰ ਕੋਲੋਂ ਢੇਰੀਆਂ ਪਵਾ ਲਈ ਦੀਆਂ ਕਿ ਸਰਕਾਰ ਉਹ ਸਰਕਾਰ ਫਿਰ ਅੱਗੋਂ ਬੰਦਾ ਅਪੁਆਇੰਟ ਕਰ ਦਿੰਦੀ ਹੈ ਕਿ ਠੀਕ ਹੈ ਜੀ ਇਹਨੂੰ 5 ਢੇਰੀਆਂ ਲਾ ਦਿਓ ਜਿੰਨੇ ਜਿਹੜੀ ਚੁੱਕਣੀ ਚੁੱਕ ਲਵੇ ਸੋ ਬੜਾ ਕੁਛ ਹੈ ਸਭ ਕੁਛ ਹੋ ਜਾਂਦਾ ਜੀ ਕਰਨ ਵਾਸਤੇ ਜਿਗਰਾ ਚਾਹੀਦਾ ਹੈ ਸਮਾਂ ਚਾਹੀਦਾ ਹੈ ਦੌੜ ਚਾਹੀਦੀ ਪੈਸਾ ਚਾਹੀਦਾ એનર્ਜੀ ਚਾਹੀਦੀ ਹੈ ਸ਼ੌਂਕ ਜਾਂ ਮਜਬੂਰੀ ਚਾਹੀਦੀ ਹੈ ਬਿਲਕੁਲ ਸੁਨੀਲ ਜੀ ਹੁਣ ਸਮਾਂ ਵੀ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਬਿਲਕੁਲ ਸਮਾਪਤੀ ਦੇ ਵੱਲ ਹੈ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਸੁਨੀਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਐਨਾਲਾਈਜ਼ ਵੀਰ ਭਰਾਵਾਂ ਨੂੰ ਤੁਸੀਂ ਕੇਸਾਂ ਸੰਬੰਧੀ ਜਿਹੜੀ ਇਹ ਕਾਫੀ ਜਾਣਕਾਰੀ ਉਹਨਾਂ ਨਾਲ ਸਾਂਝੀ ਕੀਤੀ ਹੈ ਉਹਨਾਂ ਨੂੰ ਦੱਸਿਆ ਵੀ ਕਿਹੜਾ ਰਾਹ ਤੁਸੀਂ ਅਪਣਾ ਸਕਦੇ ਹੋ ਸੋ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਐਨਾਲਾਈਜ਼ ਭਰਾਵਾਂ ਨੂੰ ਵੀ ਅਪੀਲ ਕਰਾਂਗੇ ਜੇਕਰ ਤੁਹਾਡਾ ਕੋਈ ਕੇਸ ਹੈ ਲਟਕਿਆ ਹੋਇਆ ਨਿਪਟਾਰਾ ਨਹੀਂ ਹੋ ਰਿਹਾ ਤਾਂ ਤੁਸੀਂ ਸੁਨੀਲ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਨਿੱਜੀ ਨੰਬਰ ਉਹਨਾਂ ਦਾ ਹੇਠਾਂ ਚੱਲ ਰਿਹਾ ਜੀ 8699812345A ਪਰਸਨਲ ਨੰਬਰ ਹੈ ਵਕੀਲ ਸਾਹਿਬ ਦਾ ਕੋਈ ਤੁਸੀਂ ਕੇਸ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਉਹਨਾਂ ਨਾਲ ਕਾਲ ਕਰ ਸਕਦੇ ਹੋ ਵਟਸਐਪ ਕਾਲ ਕਰ ਸਕਦੇ ਹੋ ਸੋ ਬਿਲਕੁਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੁਨੀਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀ ਭੈਣ ਭਰਾਵਾਂ ਦਾ ਧੰਨਵਾਦ ਹੈ ਅਸੀਂ ਹਰ ਵਾਰੀ ਕਹਿੰਦੇ ਹਾਂ ਕਿ ਤੁਹਾਨੂੰ ਕੋਈ ਸਮੱਸਿਆ ਹੈ ਜਾਂ ਤੁਹਾਡੇ ਦਿਲ 'ਚ ਕੋਈ ਆਈਡੀਆ ਹੈ ਜਿਹੜਾ ਤੁਸੀਂ ਸਾਨੂੰ ਚੈਨਲ ਨੂੰ ਦੱਸੋ ਅਸੀਂ ਉਹਦੇ 'ਤੇ ਲੀਗਲ ਪੂਰੀ ਰਿਸਰਚ ਕਰਕੇ ਤੁਹਾਨੂੰ ਦੱਸ ਸਕੀਏ ਵੀ ਇਹਦਾ ਕੀ ਰਿਜ਼ਲਟ ਹੈ ਜਾਂ ਕੀ ਇਹਦਾ ਤਰੀਕਾ ਹੈ ਸਾਨੂੰ ਬੜੀ ਖੁਸ਼ੀ ਹੋਏਗੀ ਸਾਨੂੰ ਨਵੇਂ ਨਵੇਂ ਆਈਡੀਆ ਦਿਆ ਕਰੋ ਹੁਣ ਇਹ ਛੋਟੀ ਜਿਹੀ ਰਿਸਰਚ ਜੇ ਮੈਂ ਕਹਾਂ ਮੇਰੀ ਇੱਕ ਬੱਚੀ ਹੈ ਲਾਅ ਇੰਟਰਨ ਹੈ ਉਹਦਾ ਨਾਂ ਨਿਸ਼ਠਾ ਹੈ ਉਹਨੇ ਇਹ ਸਾਰੀ ਰਿਸਰਚ ਕੀਤੀ ਹੈ ਅਸੀਂ ਵੀ ਪਬਲਿਕ ਦੇ ਫਾਇਦੇ ਲਈ ਕੋਈ ਨਾ ਕੋਈ ਕਾਰਵਾਈ ਕਰਦੇ ਰਹਿੰਦੇ ਹਾਂ RTI ਪਾਉਂਦੇ ਰਹਿੰਦੇ ਹਾਂ ਜਾਂ ਕਦੀ PAL ਦਾਖਲ ਕਰਦੇ ਰਹਿੰਦੇ ਹਾਂ ਅਤੇ ਸਾਡੀ ਇੱਕੋ ਅਪੀਲ ਹੈ ਸਾਰੇ ਭੈਣ ਭਰਾਵਾਂ ਅੱਗੇ ਸਾਡੇ ਚੈਨਲ ਦਾ ਸਾਡੇ ਪੂਰੇ ਸਿਸਟਮ ਦਾ ਕਿ ਤੁਸੀਂ ਸਾਨੂੰ ਆਈਡੀਆ ਦਿਓ ਸਾਡੇ ਕੋਲ ਲੀਗਲ ਸਲਾਹ ਲਵੋ ਲੀਗਲ ਪ੍ਰੋਸੈਸ ਸਮਝੋ ਜੇ ਤੁਸੀਂ ਆਪ ਕਰ ਸਕਦੇ ਹੋ ਆਪ ਕਰ ਲਓ ਜੇ ਸਾਨੂੰ ਕਹੋਗੇ ਤੇ ਉਹਦੇ ਹਿਸਾਬ ਨਾਲ ਜੋ ਵੀ ਸਿਸਟਮ ਬਣਿਆ ਆਪਾਂ ਕਰਾਂਗੇ ਜੀ ਤੇ ਬਿਲਕੁਲ ਜੀ ਅਗਲੇ ਸ਼ੁੱਕਰਵਾਰ ਅਸੀਂ ਫੇਰ ਇਸੇ ਟਾਈਮ ਹਾਜ਼ਰ ਹੋਵਾਂਗੇ ਜੀ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਸ਼ਾਮ 6:30 ਵਜੇ ਤੇ ਟੋਰਾਂਟੋ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ 9 ਵਜੇ ਤੁਹਾਡੇ ਰੂਬਰੂ ਹੋਵਾਂਗੇ ਜੋ ਵੀ ਵੀਰ ਭਰਾ ਕੋਈ ਸਵਾਲ ਰੱਖਣਾ ਚਾਹੁੰਦੇ ਨੇ ਕਾਨੂੰਨੀ ਰਾਏ ਲੈਣਾ ਚਾਹੁੰਦੇ ਆ ਤਾਂ ਤੁਸੀਂ ਦੁਬਾਰਾ ਸਾਡੇ ਨਾਲ ਅਗਲੇ ਸ਼ੁੱਕਰਵਾਰ ਜਿਹੜਾ ਆਪਣੀ ਗੱਲਬਾਤ ਉਹ ਸਾਂਝੀ ਕਰ ਸਕਦੇ ਫਿਲਹਾਲ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ